ਪੰਜਾਬ ਰੰਗ ਵਿੱਚ ਤਾਹਿਰ ਗੋਰਾ ਤੁਹਾਨੂੰ ਜੀਆਂ ਨੂੰ ਆਖਦਾ ਹੈ। ਸੱਜਣੋ ਮਿੱਤਰੋ ਭੈਣੋ ਅਤੇ ਭਰਾਓ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਜੇ ਖਾਸ ਤੌਰ 'ਤੇ ਸਾਡਾ ਇੰਡੀਆ ਪਾਕਿਸਤਾਨ ਦਾ ਮੰਜ਼ਰਨਾਮਾ, ਉਹਦੇ ਵਿੱਚ ਇੱਕ ਤਣਾਅ ਹੈ, ਇੱਕ ਟੈਨਸ਼ਨ ਹੈ ਦੋ ਹਮਸਾਇਆਂ ਦੇ ਦਰਮਿਆਨ। ਐਸੇ ਹਮਸਾਏ ਜਿਹੜੇ ਇੱਕ ਨੇ, ਜਿਨ੍ਹਾਂ ਦਾ ਕਲਚਰ ਇੱਕ ਹੈ, ਜਿਨ੍ਹਾਂ ਦੀ ਬੋਲੀ ਇੱਕ ਹੈ, ਜਿਨ੍ਹਾਂ ਦਾ ਰਹਿਣ ਸਹਿਣ ਇੱਕ ਹੈ, ਔਰ ਉਹ ਦੁੱਖ ਨਾਲ ਕਹਿਣਾ ਪੈਂਦਾ ਕਿ ਉਹ 70-75 ਸਾਲ ਤੋਂ ਇੱਕ ਦੂਜੇ ਦੇ ਖਿਲਾਫ ਸਟੀਰੀਓਟਾਈਪ ਦਾ ਸ਼ਿਕਾਰ ਨੇ, ਔਰ ਉਹਦੇ ਨਾਲ ਨਾਲ ਉੱਥੇ ਹਰ ਵੇਲੇ ਜੰਗ ਦਾ ਸਮਾਂ ਬਣਿਆ ਰਹਿੰਦਾ। ਕਦੀ ਗੱਲ ਮੱਠੀ ਪੈ ਜਾਂਦੀ ਹੈ, ਪਰ ਫਿਰ ਵੇਲਾ ਆਉਂਦਾ ਕਿ ਲੱਗਦਾ ਜੰਗ ਦੇ ਅਲਾਓ ਜਿਹੜੇ ਨੇ ਭੜਕਣ ਵਾਲੇ ਨੇ, ਔਰ ਇਹ ਜਿਹੜੀ ਹਾਲਤ ਹੈ ਇਹ ਅਸੀਂ ਹਾਲ ਵਿੱਚ ਹੀ ਦੇਖੀ ਹੈ, ਔਰ ਸਾਨੂੰ ਇਹ ਕਹਿਣਾ ਪਏਗਾ ਕਿ ਸਾਨੂੰ ਹੁਣ ਸੋਚਣਾ ਪਏਗਾ, ਖਾਸ ਤੌਰ 'ਤੇ ਉਹ ਭਾਰਤੀ ਅਤੇ ਪਾਕਿਸਤਾਨੀ ਜਿਹੜੇ ਪਾਕਿਸਤਾਨ ਤੋਂ ਬਾਹਰ ਰਹਿੰਦੇ ਨੇ, ਔਰ ਉਹਨਾਂ ਵਿੱਚੋਂ ਖਾਸ ਤੌਰ 'ਤੇ ਉਚੇਚੇ ਤੌਰ ਦੇ ਉੱਤੇ ਉਹ ਪੰਜਾਬੀ, ਕਿਉਂਕਿ ਉਸ ਧਰਤੀ ਦੇ ਵਿੱਚ ਜਦੋਂ ਵੀ ਦੋਵਾਂ ਕੌਮਾਂ ਦੇ ਦਰਮਿਆਨ, ਜਦੋਂ ਵੀ ਦੋਵਾਂ ਮੁਲਕਾਂ ਦੇ ਦਰਮਿਆਨ ਕੋਈ ਟੈਨਸ਼ਨ ਬਣਦੀ ਤਾਂ ਸਭ ਨਾਲ ਜ਼ਿਆਦਾ ਸਫ਼ਰ ਪੰਜਾਬੀ ਹੁੰਦੇ ਨੇ। 47 ਦੇ ਵਿੱਚ ਜਦੋਂ ਬਟਵਾਰਾ ਹੋਇਆ ਤਾਂ ਪੰਜਾਬ ਦਾ ਹੀ ਅਸਲ 'ਚ ਬਟਵਾਰਾ ਹੋਇਆ ਸੀ, ਉਹ ਹਿੰਦੁਸਤਾਨ ਦਾ ਬਟਵਾਰਾ ਘੱਟ ਸੀ, ਪੰਜਾਬ ਦਾ ਜ਼ਿਆਦਾ ਸੀ, ਪੰਜਾਬੀਆਂ ਦਾ ਖੂਨ ਵਿਆ। ਹੁਣ ਜਦੋਂ ਅਸੀਂ ਇਹ ਸੂਰਤ ਹਾਲ ਦੇਖੀ 2016 ਦੇ ਵਿੱਚ, ਜਦੋਂ ਟੈਨਸ਼ਨ ਹੋਈ, ਜਦੋਂ ਇੰਡੀਆ ਨੇ ਕਲੇਮ ਕੀਤਾ ਕਿ ਉਹ ਸਰਜੀਕਲ ਸਟ੍ਰਾਈਕਸ ਕਰ ਰਿਹਾ, ਔਰ ਪਾਕਿਸਤਾਨ ਨੇ ਕਲੇਮ ਕੀਤਾ ਕਿ ਉਹ ਵੀ ਆਪਣੇ ਆਪ ਨੂੰ ਡਿਫੈਂਡ ਕਰੇਗਾ, ਕਸ਼ਮੀਰ ਦੇ ਵਿੱਚ ਉੱਥੇ ਬਜ਼ਾਹਿਰ ਗੱਲਬਾਤ ਹੋ ਰਹੀ ਹੈ, ਉੱਥੇ ਫੱਡਾ ਹੋ ਰਿਹਾ, ਪਰ ਪੰਜਾਬ ਸਫ਼ਰ ਕਰ ਰਿਹਾ ਹੈਗਾ। ਖਾਸ ਤੌਰ 'ਤੇ ਚੜ੍ਹਦੇ ਪੰਜਾਬ ਦੇ ਲੱਖਾਂ ਬੰਦਿਆਂ ਨੂੰ ਡਿਸਪਲੇਸ ਕੀਤਾ ਗਿਆ, ਚੜ੍ਹਦੇ ਪੰਜਾਬ ਵੱਲ ਵੀ ਇੱਕ ਖਾਸ ਟੈਨਸ਼ਨ ਵੇਖਣ ਨੂੰ ਆਈ। ਇਸੇ ਸੂਰਤ ਹਾਲ ਨੂੰ ਵੇਖਦਿਆਂ ਹੋਇਆ ਜਿਹੜੇ ਪੰਜਾਬੀ ਕੈਨੇਡਾ ਦੇ ਵਿੱਚ ਵੱਸਦੇ ਨੇ, ਗ੍ਰੇਟਰ ਟੋਰਾਂਟੋ ਏਰੀਆ 'ਚ ਵੱਸਦੇ ਨੇ, ਉਹ ਇਕੱਠੇ ਹੋਏ, ਉਹਨਾਂ ਨੇ ਕਿਹਾ ਕਿ ਅਸੀਂ ਦੋਵੇਂ ਹਕੂਮਤਾਂ ਨੂੰ ਇਹ ਪੈਗਾਮ ਕਰੀਏ ਕਿ ਇੰਝ ਨਹੀਂ ਹੋਣਾ ਚਾਹੀਦਾ ਹੈਗਾ। ਉਹਨਾਂ ਨੇ ਕਿਹਾ ਕਿ ਇੱਥੇ ਜਿਹੜੇ ਪੰਜਾਬੀ ਰਹਿੰਦੇ ਨੇ ਜਾਂ ਜਿਹੜੇ ਇੱਥੇ ਸਾਊਥ ਏਸ਼ੀਅਨ ਰਹਿੰਦੇ ਨੇ, ਉਹ ਵੀ ਆਪਸ ਵਿੱਚ ਪਿਆਰ ਮੁਹੱਬਤ ਕਰਨ, ਕਿਉਂਕਿ ਜੋ ਉੱਥੇ ਟੈਨਸ਼ਨ ਹੁੰਦੀ ਹੈ ਉਹਦੀ ਰੈਜ਼ੋਨੈਂਸ ਇੱਥੇ ਵੀ ਆਉਂਦੀ ਹੈ, ਉਹਦੀ ਗੂੰਜ ਇੱਥੇ ਵੀ ਸੁਣਾਈ ਦਿੰਦੀ ਹੈ, ਇੱਥੇ ਵੀ ਦਿਲਾਂ ਦੇ ਵਿੱਚ ਕਦੂਰਤ ਆਉਂਦੀ ਹੈ। ਔਰ ਇਸ ਇਨੀਸ਼ੀਏਟਿਵ ਨੂੰ ਲੈ ਕੇ ਤੁਰੇ ਨੇ ਬਹੁਤ ਸਾਰੇ ਪੰਜਾਬੀ, ਔਰ ਇਹਨਾਂ ਨੂੰ ਜਿਹੜਾ ਅੱਗੇ ਵਧਾਵਾ ਦੇ ਰਹੇ ਨੇ ਉਹ ਮੇਰੇ ਕੋਲ ਦੋ ਇਸ ਵੇਲੇ ਸਟੂਡੀਓ ਦੇ ਵਿੱਚ ਬੜੇ ਹੀ ਪਿਆਰੇ ਮਿੱਤਰ ਮੌਜੂਦ ਨੇ। ਮੈਂ ਉਹਨਾਂ ਦੋਵਾਂ ਨੂੰ ਖੁਸ਼ਾਮਦੇਦ ਕਹਿੰਦਾ ਹੈਗਾ। ਬੜੇ ਵਧੀਆ ਕਲਾਕਾਰ ਵੀ ਨੇ, ਬੜੇ ਸੋਹਣੇ ਸ਼ਾਇਰ ਨੇ। ਕੁਲਵਿੰਦਰ ਖਹਿਰਾ ਜੀ, ਤੁਹਾਡਾ ਖਹਿਰਾ ਜੀ ਆਉਣ ਦਾ ਬਹੁਤ ਬਹੁਤ ਸ਼ੁਕਰੀਆ। ਔਰ ਨਹਿਰ ਔਜਲਾ ਸਾਹਿਬ ਨਾਲ ਬੈਠੇ ਹੋਏ ਨੇ, ਆਪ ਵੀ ਬਹੁਤ ਸੋਹਣੇ ਨਾਟਕ, ਡਰਾਮੇ ਔਰ ਆਰਟ ਔਰ ਲਿਟਰੇਚਰ ਦੇ ਨਾਲ ਜੁੜੇ ਹੋਏ ਨੇ। ਮੈਂ ਕੁਲਵਿੰਦਰ ਜੀ, ਲੰਮੀ ਗੱਲ ਬਣੀ ਹੈ, ਤਮੀਜ਼ੀ ਗੱਲ ਕੀਤੀ ਹੈ, ਪਰ ਮੈਨੂੰ ਲੱਗਾ ਜ਼ਰੂਰੀ ਹੈ ਸੀ ਹੈ। ਤੁਸੀਂ ਮੇਰੀ ਤਮੀਜ਼ ਸੁਣੀ ਹੈ, ਔਰ ਇਹ ਜਿਹੜਾ ਇਨੀਸ਼ੀਏਟਿਵ ਤੁਸੀਂ ਦੋਵਾਂ ਨੇ ਔਰ ਪੂਰੀ ਫਿਰ ਟੀਮ ਨੇ ਅੱਗੇ ਲਿੱਤਾ, ਉਹਦੇ ਪਿੱਛੇ ਤੁਹਾਡਾ ਕੀ ਜਜ਼ਬਾ ਹੈ? ਬਿਲਕੁਲ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਇੰਡੀਆ ਪਾਕਿਸਤਾਨ ਦੇ ਦਰਮਿਆਨ, ਤਾਂ ਜਿਹੜਾ ਸਫ਼ਰ ਕਰਦੇ ਨੇ ਹਮੇਸ਼ਾ ਜ਼ਿਆਦਾਤਰ ਪੰਜਾਬੀ ਕਰਦੇ ਨੇ। ਜੇ ਆਪਾਂ ਪੰਜਾਬੀਆਂ ਦੀ ਇਕੱਲੀ ਗੱਲ ਨਾ ਵੀ ਕਰੀਏ, ਤਾਂ ਦੋਨੀ ਪਾਸੇ ਜਿਹੜੇ ਆਮ ਜਨਤਾ, ਆਮ ਲੋਕ ਨੇ, ਉਹ ਸਫ਼ਰ ਕਰਦੇ ਨੇ। ਇਹ ਜਿਹੜਾ ਬਖੇੜਾ ਹੁੰਦਾ ਜਾਂ ਜੋ ਗੱਲ ਛੇੜੀ ਹੁੰਦੀ ਹੈ ਉਹ ਸਿਆਸਤਦਾਨਾਂ ਦੀ ਹੁੰਦੀ ਹੈ, ਲੇਕਿਨ ਖਮਿਆਜ਼ਾ ਜੋ ਭੁਗਤਦੇ ਨੇ ਉਹ ਆਮ ਜਨਤਾ ਭੁਗਤਦੀ ਹੈ, ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 70 ਸਾਲ ਹੋ ਚੱਲੇ ਨੇ ਸਾਡਾ ਦੇਸ਼ ਆਜ਼ਾਦ ਹੋਏ ਨੂੰ, ਹਾਂਜੀ, ਲੇਕਿਨ 70 ਸਾਲ ਤੱਕ ਅਸੀਂ ਆਪਣੇ ਮੁਲਕ ਨੂੰ ਥਰਡ ਵਰਲਡ ਤੋਂ ਉੱਪਰ ਨਹੀਂ ਚੁੱਕ ਸਕੇ। ਦੋਨੀ ਪਾਸੇ ਗਰੀਬੀ ਦੀ ਹਾਲਤ ਵਿੱਚ ਨੇ, ਅਸੀਂ ਜਿਹੜਾ ਬਹੁਤ ਬੁਰੀ ਤਰ੍ਹਾਂ ਗਰੀਬੀ ਦੇ ਵਿੱਚ ਫਸੇ ਹੋਏ ਮੁਲਕ ਨੇ। ਠੀਕ ਹੈ ਕਿ ਲੋਕਾਂ ਕੋਲ ਉੱਥੇ ਪੈਸਾ ਬਹੁਤ ਹੈ, ਪਰ ਉਹ ਪੈਸਾ ਕਿੰਨੇ ਕੁ ਲੋਕਾਂ ਕੋਲ? ਆਮ ਜਨਤਾ ਜਿਹੜੀ ਹੈ ਉਹਦੇ ਕੋਲ ਨਾ ਰਹਿਣ ਨੂੰ ਜਗ੍ਹਾ ਹੈ, ਨਾ ਉਹਦੇ ਕੋਲ ਪੜ੍ਹਾਈ ਦਾ ਵਸੀਲਾ ਹੈ ਕੋਈ, ਨਾ ਅਸੀਂ ਬਾਹਰ ਨੂੰ ਭੱਜ ਰਹੇ ਹਾਂ, ਹਾਂਜੀ, ਜਦਕਿ ਸਾਡੇ ਦੋਨੋਂ ਹੀ ਮੁਲਕ ਜਿਹੜਾ ਸਾਰੇ ਦਾ ਸਾਰਾ ਪੈਸਾ ਹੈ ਉਹ ਹਥਿਆਰਾਂ ਦੇ ਉੱਪਰ ਲਾ ਰਹੇ ਨੇ, ਹਾਂਜੀ, ਉਹ ਹਥਿਆਰ ਜਿਹੜੇ ਨੇ ਕਿਸੇ ਹੋਰ ਕੰਟਰੀ ਤੋਂ ਆ ਰਹੇ ਨੇ, ਜਿਹਦੀ ਰੋਟੀ ਪੱਕ ਰਹੀ ਉਸਦੇ ਸਿਰ ਦੇ ਉੱਤੇ। ਸਾਡੇ ਖੂਨ ਪਸੀਨੇ ਦੀ ਕਮਾਈ ਨੂੰ, ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਬਜਾਏ ਉਸ ਸਮਾਨ ਦੇ ਉੱਤੇ ਲਾਇਆ ਜਾ ਰਿਹਾ ਜਿਸ ਨੇ ਸਾਨੂੰ ਜ਼ਿੰਦਗੀ ਨਹੀਂ ਸਾਨੂੰ ਮੌਤ ਦੇਣੀ ਹੈ, ਹਾਂਜੀ। ਔਰ ਅਸੀਂ ਇਹ ਜਿਹੜੀ ਸਾਰੀ ਗੱਲ ਹੈ ਅਸੀਂ ਉਸ 'ਤੇ ਵਿਰੋਧ ਹਾਂ, ਕਿਉਂਕਿ ਜੇ ਜਦੋਂ ਵੀ ਇਹੋ ਜਿਹੀ ਕੋਈ ਗੱਲ ਹੁੰਦੀ ਹੈ ਤਾਂ ਉਹ ਜਿਹੜਾ ਦੋਨੀ ਪਾਸੇ ਇੱਕ ਦੂਸਰੇ ਦੇ ਪ੍ਰਤੀ ਨਫ਼ਰਤ ਭਰੀ ਜਾਂਦੀ ਹੈ, ਹਾਂਜੀ, ਲੇਕਿਨ ਅੱਜ ਅਸੀਂ ਇਸ ਮੁਕਾਮ 'ਤੇ ਪਹੁੰਚੇ ਹੋਏ ਹਾਂ ਕਿ ਅਸੀਂ ਹਿੰਦੁਸਤਾਨੀ ਜਾਂ ਪਾਕਿਸਤਾਨੀ ਉਹਨਾਂ ਹੱਦਾਂ ਦੇ ਵਿੱਚ ਹੀ ਅਸੀਂ ਨਹੀਂ ਬੱਝੇ ਹੋਏ, ਅਸੀਂ ਪੂਰੀ ਦੁਨੀਆ 'ਚ ਫੈਲੇ ਹੋਏ ਹਾਂ। ਔਰ ਕਈ ਵਾਰੀ ਇਹੋ ਜਿਹਾ ਹੁੰਦਾ ਕਿ ਜਦੋਂ ਇਹੋ ਜਿਹੀ ਗੱਲ ਆਉਂਦੀ ਹੈ ਕਿ ਜਿਹੜੇ ਅਸੀਂ ਬਾਹਰ ਬੈਠੇ ਹੋਏ ਲੋਕ ਵੀ ਹਾਂ
ਉਹਨਾਂ ਦੇ ਦਿਲਾਂ ਵਿੱਚ ਵੀ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਇਹ ਚਿਚੜੀ ਛੇੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਹਿੰਦੁਸਤਾਨੀ ਹੈ ਪਾਕਿਸਤਾਨੀ ਹੈ। ਹਾਂਜੀ, ਅਸੀਂ ਇੱਕ ਭਾਈਚਾਰੇ ਦੇ ਤੌਰ 'ਤੇ ਅਸੀਂ ਇੱਕ ਜਿਹੜਾ ਕਿ ਕਲ ਜਿਹੜਾ ਰਹਿਣਾ ਚਾਹੁੰਦੇ ਹਾਂ। ਸਾਡਾ ਜਿਵੇਂ ਤੁਸੀਂ ਗੱਲ ਕੀਤੀ ਹੈ, ਸਾਡਾ ਜੇ ਕਲਚਰ ਇੱਕ ਹੈ, ਸਾਡੀ ਬੈਕਗਰਾਊਂਡ ਇੱਕ ਹੈ, ਹਾਂਜੀ, ਸਾਡਾ ਸਾਡਾ ਦੁੱਖ ਸੁੱਖ ਇੱਕ ਨੇ, ਹਾਂਜੀ, ਅਤੇ ਫਿਰ ਅਸੀਂ ਇਕੱਠੇ ਕਿਉਂ ਨਹੀਂ ਰਹਿ ਸਕਦੇ। ਅਸੀਂ ਇਹ ਜੰਗ ਦੀ ਗੱਲ ਤਾਂ ਇੱਕ ਪਾਸੇ ਰਹੀ, ਅਸੀਂ ਚਾਹੁੰਦੇ ਹਾਂ ਕਿ ਜੰਗ ਵਰਗਾ ਮਾਹੌਲ ਵੀ ਜਿਹੜਾ ਪੈਦਾ ਕੀਤਾ ਜਾਂਦਾ ਇਹ ਬੰਦ ਹੋਣਾ ਚਾਹੀਦਾ ਹੈ, ਤਾਂ ਕਿ ਜਿਹੜਾ ਉਸਦੀ ਦੋਨਾਂ ਮੁਲਕਾਂ ਦੀ ਬਿਹਤਰੀ ਲਈ ਕੰਮ ਹੋ ਸਕੇ ਔਰ ਲੋਕਾਂ ਨੂੰ ਜਿਹੜੀ ਇੱਕ ਵਧੀਆ ਜ਼ਿੰਦਗੀ ਉੱਥੇ ਮਿਲ ਸਕੇ, ਤਾਂ ਕਿ ਸਾਡੇ ਵਾਂਗ ਲੋਕਾਂ ਨੂੰ ਆਪਣੇ ਦੇਸ਼ ਛੱਡ ਕੇ ਬਾਹਰ ਵਧੀਆ ਜ਼ਿੰਦਗੀ ਲੱਭਣ ਲਈ ਨਾ ਭੱਜਣਾ ਪਵੇ। ਨਾ ਔਜਲਾ ਸਾਹਿਬ, ਕੁਲਵਿੰਦਰ ਖਹਿਰਾ ਭਾਈ ਨੇ ਗੱਲ ਕਹੀ ਗਈ ਕਿ ਜੇ ਅਸੀਂ ਇੱਥੇ ਇਕੱਠੇ ਰਹਿ ਸਕਦੇ ਹਾਂ ਤਾਂ ਕੀ ਸਬਾਬਿਕ ਉੱਥੇ ਇਕੱਠੇ ਨਹੀਂ ਰਹਿ ਸਕਦੇ ਹੈਗੇ, ਔਰ ਤੁਹਾਡਾ ਜਿਹੜਾ ਇਨੀਸ਼ੀਏਟਿਵ ਹੈਗਾ ਉਹ ਇਸੇ ਹੀ ਬਾਰੋਂ ਹੈਗਾ, ਤੁਸੀਂ ਇਹੋ ਹੀ ਮੈਸੇਜ ਦੇਣਾ ਚਾਹੁੰਦੇ ਜੀ ਕਿ ਨਾ ਸਿਰਫ ਅਸੀਂ ਉੱਥੇ ਵੀ ਇਕੱਠੇ ਹੋਈਏ ਬਲਕਿ ਜਿਹੜੀ ਇੱਥੇ ਵੀ ਜਿਹੜੀ ਉੱਥੋਂ ਦੀ ਟੈਨਸ਼ਨ ਦੀ ਵਜ੍ਹਾ ਨਾਲ ਕਦੀ ਕਦੀ ਕਦੂਰਤ ਆਉਂਦੀ ਹੈਗੀ ਹੈ ਉਹ ਨਾ ਫੈਲੇ, ਕਿਆ ਇਹੋ ਹੀ ਪੂਰਾ ਦਾ ਪੂਰਾ ਤੁਹਾਡਾ ਜਜ਼ਬਾ ਹੈਗਾ ਜਾਂ ਇਹਦੇ ਨਾਲ ਹੋਰ ਵੀ ਕੋਈ ਗੱਲ ਜੁੜੀ ਹੈਗੀ? ਤਾਰਕ ਜੀ, ਪਹਿਲਾਂ ਤਾਂ ਮੈਂ ਤੁਹਾਡੇ ਲਫ਼ਜ਼ਾਂ ਦੀ ਪ੍ਰੋੜਤਾ ਕਰਾਂਗਾ ਜੀ। ਪੰਜਾਬ ਜਿਹੜਾ ਜੀ, ਸਾਡੇ ਬਾਬੇ ਦਾਦੇ ਉਹ ਇਕੱਠੇ ਜਦੋਂ ਪਾਕਿਸਤਾਨ ਨਹੀਂ ਸੀ ਬਣਿਆ, ਇਕੱਠੇ ਖੇਡੇ ਪਲੇ, ਇਕੱਠਿਆਂ ਦੇ ਕੰਮ ਹੁੰਦੇ ਸੀ, ਬਿਜ਼ਨਸ ਹੁੰਦੇ ਸੀ, ਇੱਕ ਦੂਜੇ ਨਾਲ ਪਿਆਰ ਗੱਲ ਵਕੜੀਆਂ। ਪਰ 47 ਆਇਆ ਜੀ, ਇੱਕ ਧਰਮ ਦੇ ਨਾਂ 'ਤੇ ਇੱਕ ਮੁਲਕ ਵੱਖਰਾ ਖੜਾ ਕਰ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਇਹ ਗੱਲ ਫਿਰ ਉੱਥੇ ਹੀ ਖਤਮ ਨਹੀਂ ਹੋਈ ਕਿ ਚਲੋ ਇੱਕ ਮੁਲਕ ਵੱਖਰਾ ਬਣ ਗਿਆ, ਪਰ ਉਹ ਇਸ ਕਿਸਮ ਦੇ ਨਾਲ ਡਿਵਾਈਡ ਹੋ ਗਿਆ ਜੀ, ਮੁੜ ਕੇ ਉਹ ਸ਼ਾਂਤ ਵਾਲਾ ਮਾਹੌਲ ਕਦੇ ਬਣਿਆ ਹੀ ਨਹੀਂ। ਮੈਂ ਇਹ ਦੇਖਦਾ ਹੁੰਦਾ ਜੀ, ਮੇਰੀ ਜ਼ਿੰਦਗੀ ਤੋਂ ਲੈ ਕੇ ਪਹਿਲਾਂ ਮੇਰੇ ਪਿਓ ਦਾਦੇ, ਅਸੀਂ ਇੱਦਾਂ ਦੇਖਦੇ ਆ ਰਹੇ ਹਾਂ ਵੀ ਉਹ ਮਾਹੌਲ ਕਦੇ ਇਸ ਕਿਸਮ ਦਾ ਬਣਦਾ ਹੀ ਨਹੀਂ ਕਿ ਅਸੀਂ ਬੜੇ ਈਜ਼ਲੀ ਉੱਥੇ ਆ ਜਾ ਸਕੀਏ, ਜਿਸ ਤਰ੍ਹਾਂ ਅਸੀਂ ਇੱਥੇ ਰਹਿੰਦੇ ਹਾਂ, ਕੈਨੇਡਾ ਤੋਂ ਅਮੈਰੀਕਾ ਜਾ ਵੜਦੇ ਹਾਂ, ਉਹੋ ਜਿਹਾ ਮਾਹੌਲ ਬਣ 'ਚ ਨਹੀਂ ਆ ਰਿਹਾ। ਜਿਵੇਂ ਤੁਹਾਡੀਆਂ ਗੱਲਾਂ 'ਚੋਂ ਲੱਗਿਆ ਜੀ, ਇਕਦਮ ਤੁਹਾਨੂੰ ਬੜਾ ਮਹਿਸੂਸ ਹੁੰਦਾ ਕਿ ਯਾਰ ਪਾਕਿਸਤਾਨ ਅਸੀਂ ਜਾਈਏ ਦੇਖੀਏ, ਬੜਾ ਮਨ ਕਰਦਾ ਜੀ ਵੀ, ਕਿਉਂਕਿ ਤੁਹਾਨੂੰ ਮਿਲਦਿਆਂ ਸਾਨੂੰ ਬੜੀ ਖੁਸ਼ੀ ਮਿਲਦੀ ਆ, ਆਪਣਾਪਣ ਲੱਗਦਾ ਜੀ ਇਹਦੇ ਵਿੱਚੋਂ। ਸੋ ਉਸੇ ਗੱਲ ਨੂੰ ਲੈ ਕੇ ਸਾਨੂੰ ਲੱਗਿਆ ਕਿ ਜਿਹੜਾ ਹੁਣ ਦੁਬਾਰਾ ਫਿਰ ਜੰਗ ਦਾ ਮਾਹੌਲ ਬਣਾਇਆ ਜਾ ਰਿਹਾ, ਭਾਵੇਂ ਕਿਸੇ ਵੀ ਬਹਾਨੇ ਥੱਲੇ ਹੋਵੇ ਜੀ, ਦੋਨਾਂ ਸਰਕਾਰਾਂ ਵੱਲੋਂ ਹੀ ਉੱਥੇ ਲੱਖਾਂ ਲੋਕਾਂ ਨੂੰ ਉਜਾੜ ਦਿੱਤਾ ਗਿਆ ਇੰਡੀਆ ਵਾਲੀ ਸਾਈਡ 'ਤੇ, ਜਿਹੜਾ ਪੰਜਾਬ ਹੈ 10-10 ਕਿਲੋਮੀਟਰ 'ਚ ਜਿਹੜੇ ਲੋਕ ਵੱਸਦੇ ਆ ਉਹ। ਫਿਰ ਇੱਥੇ ਜੀ ਕੁਝ ਮੀਡੀਆ, ਅਸੀਂ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ, ਪੋਜ਼ਿਟਿਵ ਮੀਡੀਆ ਵੀ ਬਹੁਤ ਆ ਜੀ, ਬੜੀ ਚੰਗੀ ਗੱਲ ਹੁੰਦੀ ਆ। ਤੁਹਾਡੇ ਵਰਗੇ ਦੋਸਤ ਵੀ ਨੇ ਜਿਹੜੇ ਦਿਨ ਰਾਤ ਵਾਰ ਵਾਰ ਇਸ ਗੱਲ ਨੂੰ ਚਲਾਉਂਦੇ ਨੇ ਕਿ ਮੁਹੱਬਤ ਵਾਲਾ ਮਾਹੌਲ ਬਣਿਆ ਰਹੇ, ਪਿਆਰ ਵਾਲਾ। ਪਰ ਕੁਝ ਮੀਡੀਆ ਇਹੋ ਜਿਹਾ ਵੀ ਜਿਹੜਾ ਇੱਕਦਮ ਜੀ ਆਪਦੀ ਤਾਕਤ ਵਾਲੀ ਗੱਲ ਕਰਦੇ ਆ ਕਿ ਸਾਡੇ ਕੋਲ ਨਿਊਕਲੀਅਰ ਹਥਿਆਰ ਨੇ, ਸਾਡੇ ਕੋਲ ਇੰਨੀ ਆਰਮੀ ਹੈ, ਅਸੀਂ ਤਾਂ ਦਿਨਾਂ 'ਚ ਤਬਾਹ ਕਰ ਦਿਆਂਗੇ, ਉਹਦੇ ਨਾਲ ਜਿਹੜਾ ਮਾਹੌਲ ਹੈ ਜੀ ਉਹ ਇੱਥੇ ਵੀ ਕੁਝ ਨਾ ਕੁਝ ਤਬਦੀਲੀ ਉਹ 'ਚ ਆਉਂਦੀ ਹੈ। ਭਾਵੇਂ ਆਪਾਂ ਕੁਝ ਵੀ ਮਹਿਸੂਸ ਕਰੀਏ ਕਿ ਸਾਡੇ 'ਚ ਪਿਆਰ ਹੈ, ਮੁਹੱਬਤ ਹੈ, ਤੁਸੀਂ ਸਾਨੂੰ ਜਦੋਂ ਵੀ ਮਿਲੋ ਭਾਵੇਂ ਉੱਥੇ ਕੁਝ ਵੀ ਹੋਵੇ, ਪਰ ਸਾਡੇ 'ਚ ਫਰਕ ਨਹੀਂ ਆਉਂਦਾ। ਪਰ ਫਿਰ ਵੀ ਇੱਥੇ ਕੁਝ ਲੋਕ ਹੈ ਜੀ ਜਿਹੜੇ ਉਸ ਪ੍ਰਭਾਵ ਥੱਲੇ ਆ ਜਾਂਦੇ ਆ। ਸੋ ਉਸ ਇੱਕ ਅਵੇਅਰਨੈਸ ਲਿਜਾਣ ਲਈ ਲੋਕਾਂ 'ਚ ਕਿ ਜੋ ਕੁਝ ਵੀ ਇਹ ਹੋ ਰਿਹਾ ਇਹਦੇ ਵਿੱਚ ਉਹਨਾਂ ਦੇ ਆਪੋ ਆਪਣੇ ਮਫਾਦ ਨੇ, ਸਰਕਾਰਾਂ ਦੇ ਵੀ ਨੇ, ਕਾਰਪੋਰੇਸ਼ਨਾਂ ਦੇ ਵੀ ਨੇ, ਤੁਸੀਂ ਕੁਝ ਵੀ ਕਹਿ ਲਓ ਜੀ, ਥੋੜ੍ਹੇ ਬਹੁਤ ਕੁਝ ਬਾਹਰਲੇ ਮੁਲਕਾਂ ਦੇ ਵੀ ਨੇ। ਪਰ ਅਸੀਂ ਤੁਹਾਡਾ ਪੁਆਇੰਟ ਠੀਕ ਹੁੰਦਾ ਜੀ, ਬਾਹਰਲਿਆਂ ਨੂੰ ਬਲੇਮ ਤਾਂ ਬਾਅਦ ਦੇ ਵਿੱਚ ਕਰਨਾ ਹੁੰਦਾ ਜੀ, ਪਹਿਲਾਂ ਤੁਸੀਂ ਆਪਣੇ ਆਪ ਨੂੰ ਸੁਧਾਰਨਾ ਹੁੰਦਾ। ਸੋ ਸਾਨੂੰ ਲੱਗਿਆ ਜੀ ਅਸੀਂ ਕੋਈ ਇਸ ਕਿਸਮ ਦੀ ਸੰਸਥਾ ਬਣਾਈਏ। ਸੋ 10 ਸੰਸਥਾਵਾਂ ਨੇ ਜੀ ਜਿਹੜੀਆਂ ਇੱਥੇ ਬਹੁਤ ਲੰਬੇ ਸਮੇਂ ਤੋਂ ਸੋਸ਼ਲੀ ਤੌਰ 'ਤੇ ਲੋਕਾਂ ਲਈ ਕੰਮ ਕਰਦੀਆਂ ਨੇ, ਕੁਝ ਇਹ ਨੇ ਜਿਹੜੀਆਂ ਸਾਹਿਤਕ ਸੁਭਾਵਾਂ ਨੇ, ਕੁਝ ਜਿਹੜੀਆਂ ਨੇ ਨਾਟਕ ਰੰਗਮੰਚ ਲਈ ਕੰਮ ਕਰਦੀਆਂ ਨੇ, ਕੁਝ ਰਾਜਨੀਤਿਕ ਤੌਰ 'ਤੇ ਸੋਸ਼ਲੀ ਤੌਰ 'ਤੇ ਕੰਮ ਕਰਦੀਆਂ ਨੇ, ਇੱਕ ਵੂਮੈਨ ਦੀ ਆਰਗਨਾਈਜੇਸ਼ਨ ਹੈ ਜੀ। ਸੋ ਸਾਰਿਆਂ ਨੇ ਅਸੀਂ ਇਹ ਸੋਚਿਆ ਵੀ ਇਕੱਠੇ ਹੋ ਕੇ ਨਾਲ ਤੁਹਾਡੇ ਵਰਗੇ ਦੋਸਤਾਂ ਨੂੰ ਨਾਲ ਲਈਏ, ਤਾਂ ਕਿ ਦੂਸਰੇ ਪੰਜਾਬ ਵਾਲੇ ਪਾਸੇ ਵੀ, ਪਾਕਿਸਤਾਨ ਵਾਲੀ ਸਾਈਡ ਤੋਂ ਵੀ ਜਿਹੜੇ ਲੋਕ ਸਹਿਰਦ ਨੇ ਜੀ, ਜਿਹੜੇ ਅਮਨ ਪਸੰਦ ਲੋਕ ਨੇ, ਪਿਆਰ ਮੁਹੱਬਤ ਚਾਹੁੰਦੇ ਆ, ਜੰਗ ਨਹੀਂ ਚਾਹੁੰਦੇ, ਅਮਨ ਚਾਹੁੰਦੇ ਆ, ਉਹਨਾਂ ਨੂੰ ਨਾਲ ਲੈ ਕੇ ਇਹ ਗੱਲ ਅਸੀਂ ਜ਼ੋਰ ਨਾਲ ਲੋਕਾਂ ਦਾ ਇਕੱਠ ਕਰਕੇ ਪਹੁੰਚਾਈਏ ਕਿ ਸਾਨੂੰ ਜੰਗ ਦੀ ਲੋੜ ਨਹੀਂ, ਤੁਸੀਂ ਲੋਕਾਂ ਲਈ ਉਹ ਜਿਹੜੀ ਮਨੀ ਜੰਗ 'ਤੇ ਲਾਉਂਦੇ ਹੋ, ਬਰਬਾਦ ਕਰਦੇ ਹੋ ਦੋਨਾਂ ਮੁਲਕਾਂ ਦੇ ਵਿੱਚ ਲੋਕਾਂ ਨੂੰ, ਉਹ ਤੁਸੀਂ ਅਮਨ ਲਈ ਔਰ ਰੁਜ਼ਗਾਰ ਲਈ ਲਾਈ ਜਾਵੇ। ਇਹ ਇੱਕ ਸਾਡਾ ਮੈਸੇਜ ਹੈ ਜੀ ਜਿਹੜਾ ਅਸੀਂ ਅੱਜ ਤੁਹਾਡੇ ਨਾਲ ਵੀ ਬਹੁਤ ਸਾਰੇ ਦਰਸ਼ਕਾਂ ਤੱਕ ਲੈ ਕੇ ਜਾ ਰਹੇ ਹਾਂ, ਸਾਂਝਾ ਕਰ ਰਹੇ ਹਾਂ, ਇਹ ਸਾਡਾ ਮੇਨ ਮਕਸਦ ਹੈ ਜੀ। ਬੜਾ ਸੋਹਣਾ ਇਨੀਸ਼ੀਏਟਿਵ ਹੈ ਜੀ। ਖਹਿਰਾ ਸਾਹਿਬ, ਜਿਸ ਤਰ੍ਹਾਂ ਕਿ ਇਹਨਾਂ ਨੇ ਕਿਹਾ ਆਪਣੇ ਔਜਲਾ ਭਾਈ ਨੇ ਕਿ ਗੱਲ ਹੈਗੀ ਹੈ ਕਿ ਮਕਸਦ ਤਾਂ ਹੈਗਾ ਕਿ ਅਸੀਂ ਭਾਈਚਾਰੇ ਨੂੰ ਇੱਥੇ ਫਰੋਗ ਦਈਏ, ਭਾਈਚਾਰਾ ਸਾਡਾ ਆਪਸ ਵਿੱਚ ਬੜਾ ਚੰਗਾ ਹੈਗਾ ਜੀ। ਜਦੋਂ ਕਿ ਅਸੀਂ ਇੱਥੇ ਗ੍ਰੇਟਰ ਟੋਰਾਂਟੋ ਏਰੀਆ 'ਚ ਰਹਿੰਦੇ ਹਾਂ, ਕੋਈ ਓਵਰ 1 ਮਿਲੀਅਨ ਸਾਊਥ ਏਸ਼ੀਅਨਸ ਨੇ, ਉਹਨਾਂ 'ਚੋਂ ਪੰਜਾਬੀ ਪ੍ਰੀਡੋਮੀਨੈਂਟ ਨੇ, ਔਰ ਜਦੋਂ ਪੰਜਾਬੀ ਪੰਜਾਬੀ ਨੂੰ ਮਿਲਦਾ ਹੈ ਉਹ ਬਹੁਤ ਸੋਹਣੇ ਤਰੀਕੇ ਨਾਲ ਮਿਲਦਾ, ਪਰ ਅੰਦਰ ਇੱਕ ਹੈ ਗੁੰਝਲ ਜੀ ਬੰਨੀ ਹੋਈ ਹੈ ਸਭ ਦੇ, ਠੀਕ ਹੈ, ਇੱਕ ਰਿਐਲਿਟੀ ਹੈ। ਉਸੇ ਗੁੰਝਲ ਦੀ ਵਜ੍ਹਾ ਨਾਲ ਜਦੋਂ ਮੈਂ ਤੁਹਾਡੇ ਪਹਿਲੇ ਈਵੈਂਟ 'ਤੇ ਗਿਆ, ਬੜਾ ਸੋਹਣਾ ਤੁਸੀਂ ਇਕੱਠ ਕੀਤਾ,
ਪਰ ਮੈਂ ਉਹ ਕੋਈ ਪਾਕਿਸਤਾਨੀ ਜਿਹੜੇ ਪੰਜਾਬੀ ਨੇ ਜਾਂ ਪਾਕਿਸਤਾਨੀ ਇਨ ਜਨਰਲ ਵੀ ਪਾਰਟੀਸਪੇਸ਼ਨ ਉਹਨਾਂ ਦੀ ਥੋੜ੍ਹੀ ਸੀ ਉਹਦੇ ਵਿੱਚ, ਕੀ ਵਜ੍ਹਾ ਮੈਸੇਜ ਨਹੀਂ ਪਹੁੰਚਿਆ ਉਹਨਾਂ ਨੂੰ? ਮੈਸੇਜ ਉਹਦੇ ਵਿੱਚ ਜਿਹੜੀ ਵੱਡੀ ਗੱਲ ਰਹੀ ਹੈ ਸਾਡੀ ਕਮਜ਼ੋਰੀ ਰਹੀ ਹੈ ਮੈਸੇਜ ਦੀ ਹੈ। ਠੀਕ ਹੈ, ਅਸੀਂ ਕੋਸ਼ਿਸ਼ ਕੀਤੀ ਆਪਣੇ ਦੋਸਤਾਂ ਥਰੂ ਜਾਣ ਦੀ, ਲੇਕਿਨ ਅਸੀਂ ਉਹ ਕਮਿਊਨੀਕੇਟ ਨਹੀਂ ਹੋ ਸਕਿਆ। ਉਹਦੇ ਵਿੱਚ ਮੈਂ ਕਮਿਊਨਿਟੀ ਨੂੰ ਬਲੇਮ ਨਹੀਂ ਦੇ ਰਿਹਾ, ਉਹ 'ਚ ਸਾਡੀ ਥੋੜ੍ਹਾ ਜਿਹਾ ਰਿਹਾ ਕਿ ਅਸੀਂ ਉਹਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਉਹ ਗੱਲ ਕਰਨ ਦੇ ਵਿੱਚ, ਲੇਕਿਨ ਸਾਡੀ ਪੂਰੀ ਕੋਸ਼ਿਸ਼ ਹੈ। ਬਾਕੀ ਜਿਹੜੀ ਨਾਹਰ ਸਾਹਿਬ ਨੇ ਗੱਲ ਕੀਤੀ ਹੈ ਕਿ ਹਿੰਦੁਸਤਾਨ ਵਾਲੀ ਸਾਈਡ ਦੇ ਉੱਤੇ ਜਿਹੜਾ ਮੀਡੀਆ, ਜਿਹੜਾ ਮੈਂ ਪੂਰਾ ਮੀਡੀਆ ਨਹੀਂ ਕਹਿ ਰਿਹਾ, ਕੁਛ ਇੱਕ ਮੀਡੀਆ ਜਿਹੜਾ ਸੀਗਾ, ਉਸਨੇ ਬੜਾ ਸ਼ਰਮਨਾਕ ਜਿਹੜਾ ਰੋਲ ਨਿਭਾਇਆ ਇਸ ਗੱਲ ਦੇ ਵਿੱਚ ਸਾਰਾ। ਹਾਂਜੀ ਕਿ ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਔਰ ਉਸਨੂੰ ਕੰਡੈਮ ਵੀ ਕੀਤਾ ਗਿਆ। ਖਾਸ ਕਰ ਜਿਹੜੇ ਰਾਈਟਰ ਨੇ ਸਾਡੇ, ਉਹਨਾਂ ਨੇ ਬਹੁਤ ਕੰਡੈਮ ਕੀਤਾ ਕਿ ਕਿਹੋ ਜਿਹੀਆਂ ਗੱਲਾਂ ਕਰ ਰਹੇ ਨੇ। ਇਸੇ ਤਰ੍ਹਾਂ ਦੀ ਮਿਸਾਲ ਮੈਨੂੰ ਇੱਕ ਪਾਕਿਸਤਾਨ ਵਾਲੀ ਸਾਈਡ ਤੋਂ ਵੀ ਮਿਲੀ, ਮੈਂ ਨਾਂ ਨਹੀਂ ਲਵਾਂਗਾ, ਔਰ ਬੜੇ ਸਾਡੇ ਤਾਲੁਕਾਤ ਬਹੁਤ ਅੱਛੇ ਨੇ, ਔਰ ਉਸਨੇ ਨਜ਼ਮ ਲਿਖੀ ਹੈ ਇੰਨੀ ਜਿਹੜੀ ਕਿ ਬਹੁਤ ਜਿਹੜੀ ਕਿ ਜੇ ਉਹ ਸਾਡੀ ਪਾਕ ਜ਼ਮੀਨ 'ਤੇ ਆਉਣਗੇ ਤਾਂ ਕਤਲ ਕਰ ਦਿਓ, ਸ਼ਹੀਦ ਹੋ ਜਾਓ ਮੇਰੇ ਭਾਈਓ। ਹਾਂਜੀ, ਔਰ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਕਿ ਕੀ ਗੱਲਾਂ ਕਰ ਰਹੇ ਹਾਂ ਆਪਾਂ, ਤਾਂ ਘੱਟੋ ਘੱਟ ਇਹੋ ਜਿਹੀ ਗੱਲ ਨਹੀਂ ਸਾਡੇ ਹੋਣੀ ਚਾਹੀਦੀ। ਮੇਰਾ ਖਿਆਲ ਹੈ ਕਿ ਜਿਹੜੇ ਇਹੋ ਜਿਹੇ ਲੋਕ ਨੇ ਉਹ ਇਹ ਗੱਲ ਭੁੱਲ ਰਹੇ ਨੇ ਕਿ ਹੁਣ ਜਿਹੜੀ ਸਾਡੀ ਜੰਗ ਹੈ, ਹਾਂਜੀ, ਉਹ ਜਿਹੜੀਆਂ ਸਾਡੀਆਂ 65 'ਚ ਹੋਈ ਜਾਂ 73 ਦੇ ਵਿੱਚ ਹੋਈ, 71 'ਚ ਹੋਈ ਹੈ, ਉਹ ਮਾਹੌਲ ਨਹੀਂ ਹੈ ਹੁਣ। ਹਾਂਜੀ, ਹੁਣ ਜੰਗ ਜਿਹੜੀ ਹੈ ਸਿਰਫ ਸਰਹੱਦ ਦੇ ਉੱਪਰ ਲੜੀ ਜਾਣ ਵਾਲੀ ਜਿਹੜੀ ਹੈ, ਬਾਰਡਰ 'ਤੇ ਲੜੀ ਜਾਣ ਵਾਲੀ ਲੜਾਈ ਨਹੀਂ ਹੈ, ਹੁਣ ਬਟਨ ਦੱਬਣ ਦੀ ਲੜਾਈ ਹੈ। ਹਾਂਜੀ, ਔਰ ਜਦੋਂ ਇੱਕ ਬਟਨ ਦਬਾਇਆ ਜਾਣਾ ਤਾਂ ਉਸਨੇ ਇਕੱਲਾ ਇੰਡੀਆ ਦਾ ਜਾਂ ਇੰਡੀਆ ਦੇ ਇੱਕ ਸ਼ਹਿਰ ਦਾ ਜਾਂ ਪਾਕਿਸਤਾਨ ਦੇ ਇੱਕ ਸ਼ਹਿਰ ਦਾ ਨੁਕਸਾਨ ਨਹੀਂ ਕਰਨਾ, ਉਸਨੇ ਪੂਰੇ ਦਾ ਪੂਰਾ ਜਿਹੜਾ ਵੀ ਏਰੀਆ ਉਹਦੇ ਇਲਾਕੇ 'ਚ ਆ ਗਿਆ। ਉਹਨੇ ਬਾਰਡਰ ਨਹੀਂ ਦੇਖਣਾ ਕਿ ਇਹ ਪਾਕਿਸਤਾਨ ਇਹਨੇ ਮੈਨੂੰ, ਮੈਂ ਇਸ ਦਾ ਹਿੱਸਾ ਜਾਂ ਮੈਂ ਇੰਡੀਆ ਮੈਂ ਇਸ ਦਾ ਹਿੱਸਾ, ਮੈਂ ਇਹਦਾ ਨੁਕਸਾਨ ਨਹੀਂ ਕਰਨਾ। ਉਸਨੇ ਪੂਰੇ ਦੇ ਪੂਰਾ ਜਿਹੜਾ ਆਪਣਾ ਕੰਟੀਨੈਂਟਲ ਹੈ ਉਸਨੂੰ ਤਬਾਹ ਕਰਨਾ ਹੈ। ਉਹਦੇ ਵਿੱਚ ਨੁਕਸਾਨ ਜਦੋਂ ਹੋਣਾ ਦੋਨਾਂ ਪਾਸਾਂ ਦਾ ਜਿਹੜਾ ਬਹੁਤ ਵੱਡੇ ਪੱਧਰ 'ਤੇ ਉੱਤੇ ਹੋ ਸਕਦਾ। ਹਾਂਜੀ, ਪਰ ਉਸ ਤੋਂ ਪਹਿਲਾਂ, ਹਾਂਜੀ, ਜੇ ਜੰਗ ਨਹੀਂ ਵੀ ਲੱਗਦੀ, ਜਿਹੜਾ ਮਾਹੌਲ ਪੈਦਾ ਕੀਤਾ ਜਾਂਦਾ ਉਹ ਕਿੰਨੇ ਲੋਕਾਂ ਨੂੰ ਜਿਹੜਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖਲਲ ਪਾਉਂਦਾ। ਹਾਂਜੀ, ਉਹਨਾਂ ਨੂੰ ਬੇਆਰਾਮ ਕਰਦਾ, ਉਹਨਾਂ ਨੂੰ ਭੜਕਾਉਂਦਾ, ਜਾਂ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਵੈਸੇ ਵੀ ਜਿਹੜਾ ਅਸਰ ਹੋ ਰਿਹਾ। ਹਾਂਜੀ, ਉਹ ਚੀਜ਼ ਦੇ ਅਸੀਂ ਚਾਹੁੰਦੇ ਹਾਂ ਕਿ ਉਹਦੇ ਬਾਰੇ ਦੇ ਵਿੱਚ ਦੋਨਾਂ ਪਾਸਿਆਂ ਤੋਂ ਅਸੀਂ ਆਪੋ ਆਪਣੇ ਜਿਹੜੇ ਮੁਲਕ ਨੇ ਉਹਨਾਂ ਤੱਕ ਇਹ ਸੁਨੇਹਾ ਪਹੁੰਚਾਈਏ ਕਿ ਜੇ ਕੈਨੇਡਾ ਅਮੈਰੀਕਾ ਵਰਗੇ ਦੇਸ਼ ਇਕੱਠੇ ਰਹਿ ਸਕਦੇ ਨੇ, ਜੇ ਬਰਲਿਨ ਦੀ ਦੀਵਾਰ ਡਿੱਗ ਸਕਦੀ ਹੈ, ਹਾਂਜੀ, ਤਾਂ ਸਾਡਾ ਤਾਂ ਮੁਲਕ ਹੀ ਇੱਕ ਸੀਗਾ। ਹਾਂਜੀ, ਮੈਂ ਪਿੱਛੇ ਜੇ ਡਾਕੂਮੈਂਟਰੀ ਦੇਖ ਰਿਹਾ ਸੀ, ਵਰਿਆਮ ਸਿੰਘ ਸੰਧੂ ਨੇ, ਸਾਡੇ ਕਹਾਣੀਕਾਰ ਬੜੇ ਤਕੜੇ ਨੇ, ਉਹਨਾਂ 'ਤੇ ਡਾਕੂਮੈਂਟਰੀ ਬਣੀ ਹੈ, ਅਤੇ ਉਹ ਬਾਰਡਰ ਦੇ ਬਿਲਕੁਲ ਉਹਨਾਂ ਦਾ ਜਿਹੜਾ ਪਿੰਡ ਹੈ ਨਜ਼ਦੀਕ ਹੈ। ਹਾਂਜੀ, ਔਰ ਉਹ ਸ਼ੂਟ ਕਰ ਰਹੇ ਸੀ, ਪਿੱਛੇ ਦਿਖਾ ਰਹੇ ਸੀ ਇੱਕ ਪਿੰਡ, ਅਤੇ ਕਹਿੰਦੇ ਸੀ ਆਹ ਜਿਹੜਾ ਗੁਰਦੁਆਰਾ, ਇੱਥੇ ਮੇਰਾ ਜਨਮ ਹੋਇਆ, ਪਿੰਡ ਦਾ ਗੁਰਦੁਆਰਾ ਦਿਸ ਰਿਹਾ, ਲੇਕਿਨ ਮੈਨੂੰ ਉੱਥੇ ਜਾਣ ਦਾ ਜਿਹੜਾ ਮੈਨੂੰ ਚਾਂਸ ਨਹੀਂ ਮਿਲਿਆ। ਹਾਂਜੀ, ਔਰ ਮੇਰੀਆਂ ਅੱਖਾਂ 'ਚ ਇਹ ਪਾਣੀ ਆ ਰਿਹਾ ਸੀ ਕਿ ਦੇਖੋ ਕਿੱਡੀ ਤਰਾਸਦੀ ਹੈ ਕਿ ਇੱਕ ਸਿਰਫ ਵਿਚਾਲੇ ਇੱਕ ਤਾਰ ਲੱਗੀ ਹੋਈ ਹੈ, ਔਰ ਇੱਕ ਬੰਦੇ ਨੂੰ ਆਪਣਾ ਜਿੱਥੇ ਉਹਦਾ ਜਨਮ ਹੋਇਆ, ਹਾਂਜੀ, ਉਸ ਜਗ੍ਹਾ ਤੱਕ ਜਾਣ ਨਹੀਂ ਦੇ ਰਹੀ, ਕਿਉਂ ਨਹੀਂ ਦੇ ਰਹੀ? ਹਾਂਜੀ, ਅਸੀਂ ਤਾਂ ਜਿਹੜੇ ਹਾਂਜੀ ਬਿਲਕੁਲ, ਤੁਸੀਂ ਬੜੀ ਸੋਹਣੀ ਗੱਲ ਕੀਤੀ, ਅਸੀਂ ਇੱਕ ਹੈਗੇ ਹਾਂ, ਔਰ ਉਹ ਜਿਹੜੀ ਤਾਰਾਂ ਨੇ, ਹਾਂਜੀ ਹਾਂਜੀ, ਉਹ ਖਾਮ ਖਾਂ ਨੇ, ਬੇਸ਼ੱਕ ਉਹ ਬਾਰਡਰ ਲੱਗੇ ਰਹਿਣ, ਅਸੀਂ ਇਹ ਨਹੀਂ ਕਹਿੰਦੇ ਨਾ ਲੱਗਣ, ਲੇਕਿਨ ਲੋਕਾਂ ਦਾ ਆਉਣਾ ਜਾਣਾ ਆਸਾਨ ਹੋਵੇ, ਨਫ਼ਰਤਾਂ ਮੁੱਕਣ। ਔਰ ਬੜੀ ਸੋਹਣੀ ਔਜਲਾ ਸਾਹਿਬ ਇਹਨਾਂ ਨੇ ਗੱਲ ਕੀਤੀ ਹੈ ਕਿ ਬਟਨ ਦਬਾਉਣ ਦੀ ਗੱਲ ਹੈ, ਭਾਵੇਂ ਇਹ ਇੱਕ ਸਿੰਬੋਲਿਕ ਗੱਲ ਹੈ ਜਿਹੜਾ ਨਿਊਕਲੀਅਰ ਦਾ ਬਟਨ ਦਬਾਉਣਾ, ਅਗਰਚੇ ਨਿਊਕਲੀਅਰ ਨੂੰ ਵੀ ਖਾਸ ਮਿਜ਼ਾਈਲਾਂ ਦੇ ਨਾਲ ਲੈ ਕੇ ਜਾਣਾ ਪੈਂਦਾ, ਪਰ ਇਸ ਨੂੰ ਵੱਡੀ ਜਿਹੜੀ ਖਤਰਨਾਕ ਗੱਲ ਹੈ ਜਿਹੜੀ ਤੁਸੀਂ ਵੀ ਕਰ ਰਹੇ ਜੋ, ਤੁਸੀਂ ਵੀ ਕਰ ਰਹੇ ਜੀ, ਉਹ ਹੈ ਇੱਕ ਦੂਜੇ ਦੇ ਖਿਲਾਫ਼ ਮਾਹੌਲ ਜਿਹੜਾ ਬਣਿਆ ਪਿਆ। ਠੀਕ ਹੈ, ਉਹ ਮਾਹੌਲ ਸਾਨੂੰ ਜਦੋਂ ਟੈਂਸ਼ਨ ਉੱਥੇ ਹੁੰਦੀ, ਉਹ ਇੱਥੇ ਵੀ ਸਾਨੂੰ ਮਹਿਸੂਸ ਹੁੰਦਾ ਹੈ। ਔਰ ਫਿਰ ਪੁਰਾਣੀਆਂ ਯਾਦਾਂ, ਬਜ਼ੁਰਗਾਂ ਦੀਆਂ ਸੁਣੀਆਂ ਹੋਈਆਂ ਦੋਵੇਂ ਪਾਸੇ ਯਾਦਾਂ ਆਉਂਦੀਆਂ ਨੇ, 47 ਦੇ ਜਿਹੜੇ ਰਾਈਟਸ ਨੇ ਜਿਹਦੇ 'ਚ ਲੱਖਾਂ ਲੋਕ ਮਾਰੇ ਗਏ ਹੈਗੇ, ਉਹ ਜ਼ਖਮ ਭਰਦੇ ਹੀ ਨਹੀਂ ਗਏ ਅਜੇ, ਅਤੇ ਫਿਰ ਮਤਲਬ ਉਹਦੇ ਉੱਤੇ ਨਮਕ ਛਿੜਕ ਦਿੱਤਾ ਜਾਂਦਾ ਹੈਗਾ। ਕਿਆ ਤੁਸੀਂ ਔਜਲਾ ਸਾਹਿਬ ਸੋਚਦੇ ਜੇ 10 ਔਰਗਨਾਈਜੇਸ਼ਨਾਂ ਤੁਹਾਡੇ ਨਾਲ ਮਿਲੀਆਂ ਨੇ ਇਨੀਸ਼ੀਏਟਿਵ ਵਾਸਤੇ ਚੜ੍ਹਦੇ ਪੰਜਾਬ ਦੀਆਂ ਜਿਹੜੇ ਕੈਨੇਡਾ ਦੇ ਵਿੱਚ ਹੈਗੀਆਂ ਨੇ, ਕਿ ਇਸ ਕੰਮ ਨੂੰ ਵਧਾਇਆ ਜੇ? ਅਸੀਂ ਤਾਂ ਤੁਹਾਡੇ ਨਾਲ ਲੈ ਗਏ ਹਾਂ, ਅਸੀਂ ਹੋਰ ਵੀ ਪਾਕਿਸਤਾਨੀ ਕਮਿਊਨਿਟੀ ਦੇ ਬੰਦਿਆਂ ਨੂੰ ਲੈ ਕੇ ਆਵਾਂਗੇ, ਔਰ ਮੀਡੀਆ ਹਰ ਤਰ੍ਹਾਂ ਦਾ ਹੈਗਾ, ਐਸਾ ਮੀਡੀਆ ਵੀ ਜਿਹੜਾ ਪੜਾਵਾ ਦੇ ਰਿਹਾ ਇੰਡੀਆ ਦੇ ਵਿੱਚ ਵੀ, ਪਾਕਿਸਤਾਨ ਦੇ ਵਿੱਚ ਵੀ ਘੱਟ ਨਹੀਂ ਹੁੰਦਾ ਹੈਗਾ, ਇੱਥੇ ਵੀ ਜਿਹੜਾ ਮੀਡੀਆ ਹੈਗਾ ਉਹਦੇ ਵਿੱਚ ਵੀ ਇਹ ਕੰਮ ਹੁੰਦਾ ਹੈਗਾ, ਲੇਕਿਨ ਅਸੀਂ ਚਾਹੁੰਦੇ ਹਾਂ ਕਿ ਉਹ ਪੜਾਵੇ ਨੂੰ ਵੀ ਕਾਬੂ ਪਾਇਆ ਜਾਵੇ, ਔਰ ਉਹਦੇ ਨਾਲ ਨਾਲ ਅਸੀਂ ਉਹ ਮਾਹੌਲ ਬਣਾਈਏ ਕਿ ਆਪਸ ਵਿੱਚ ਨਾ ਕਦੂਰਤਾਂ ਖਤਮ ਹੋਵਣ। ਇਹਨਾਂ ਨੇ ਕਿਹਾ ਕਿ ਕੁਛ ਅਸੀਂ ਰਾਬਤਾ ਨਹੀਂ ਕਰ ਸਕੇ, ਟਾਈਮ ਦੀ ਵੀ ਕਿੱਲਤ ਰਹੇਗੀ। ਹੁਣ ਜਿਹੜੀ ਤੁਹਾਡਾ 30 ਅਕਤੂਬਰ ਨੂੰ ਜਿਹੜਾ ਇਵੈਂਟ ਹੋ ਰਿਹਾ ਜੀ ਜੀ, ਉਹਦੇ ਵਾਸਤੇ ਅਸੀਂ ਖਾਸ ਤੌਰ 'ਤੇ ਰੋਸ਼ਨੀ ਪਾਉਣਾ ਚਾਹਾਂਗੇ, ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹਾਂਗੇ, ਨਾਜ਼ਰੀਨ ਨੂੰ ਕਹਿਣਾ ਚਾਹਾਂਗੇ, ਉਹਦਾ ਕੀ ਪਲਾਨ ਹੈਗਾ ਜੀ? ਮੈਂ ਉਹ ਕੁਲਵਿੰਦਰ ਵਾਲੀ ਗੱਲ ਠੀਕ ਹੈ ਜੀ, ਸਾਨੂੰ ਰਾਬਤਾ ਕਰਨ 'ਚ ਵੀ ਫਰਕ ਰਿਹਾ, ਪਰ ਕੁਝ ਨੂੰ ਕੀਤਾ ਵੀ ਗਿਆ। ਰਾਈਟ,
ਉਹ ਜਿਨ੍ਹਾਂ ਨੂੰ ਕੀਤਾ ਗਿਆ ਉਹਨਾਂ 'ਚੋਂ ਵੀ ਥੋੜ੍ਹਾ ਜਿਹਾ ਮਹਿਸੂਸ ਵਾਲੀ ਗੱਲ ਸਾਨੂੰ ਲੱਗ ਰਹੀ ਹੈ ਕਿ ਕੁਝ ਨੇ ਤਾਂ ਚਲੋ ਪ੍ਰੋਮਿਸ ਕੀਤਾ ਵੀ ਸੀ, ਪਰ ਸਾਨੂੰ ਥੋੜ੍ਹੀ ਜਿਹੀ ਦਿੱਕਤ ਇਹ ਆ ਰਹੀ ਵੀ ਕੁਝ ਇੱਧਰ ਸੋਸ਼ਲ ਔਰਗਨਾਈਜੇਸ਼ਨ ਇਹੋ ਜਿਹੀਆਂ ਕੁਝ ਹੋਰ ਹੈ, ਸਾਨੂੰ ਉਹਦਾ ਬਿਲਕੁਲ ਪਤਾ ਨਹੀਂ ਲੱਗ ਰਿਹਾ ਆਪਣੀ ਦੂਸਰੀ ਸਾਈਡ ਤੋਂ, ਪਾਕਿਸਤਾਨ ਵਾਲੀ ਸਾਈਡ ਤੋਂ, ਅਤੇ ਕੁਝ ਸੋਸ਼ਲ ਔਰਗਨਾਈਜੇਸ਼ਨ ਨੂੰ ਲੱਭਣ ਦੇ ਵਿੱਚ ਵੀ ਸਾਨੂੰ ਥੋੜ੍ਹੀ ਦਿੱਕਤ ਆ ਰਹੀ ਹੈ। ਅੱਜ ਅਸੀਂ ਇਹ ਗੱਲ ਜ਼ਰੂਰ ਇੱਥੋਂ ਅਪੀਲ ਵੀ ਕਰਦੇ ਹਾਂ ਕਿ ਤੁਹਾਡੇ ਨਾਲ ਰਾਬਤਾ ਕਰਨ, ਜਾਂ ਸਾਡੇ ਨਾਲ ਵੀ ਰਾਬਤਾ ਹੋ ਸਕਦਾ, ਪਰ ਕਿਉਂਕਿ ਇਹ ਦੋਨੇ ਪਾਸਿਆਂ ਤੋਂ ਲੋੜ ਆ ਜੀ। ਕਈ ਵਾਰੀ ਤੁਸੀਂ ਇੱਕ ਪਾਸਿਓਂ ਕੋਸ਼ਿਸ਼ ਕਰਨ ਨਾਲ ਕਾਮਯਾਬ ਨਹੀਂ ਹੋ ਸਕਦੇ। ਈਵਨ ਸਾਡੇ ਆਪਣੇ ਬਹੁਤ ਸਾਰੇ ਲੋਕ ਸਾਨੂੰ ਸਵਾਲ ਪੁੱਛਦੇ ਆ ਜੀ, ਬਹੁਤ ਸਾਰੇ ਜਿਹੜੇ ਸਿਹਰਦ ਦੋਸਤ ਨੇ ਵੀ ਤੁਸੀਂ ਉਹਨਾਂ ਨੂੰ ਨਾਲ ਲਿਆ, ਉਹਨਾਂ ਦੀ ਆਪਦੀ ਇੱਕ ਤਮੰਨਾ ਜੀ ਵੀ ਤੁਸੀਂ ਨਾਲ ਲੈ ਕੇ ਕੋਸ਼ਿਸ਼ ਕਰੋ, ਪਰ ਸਾਡੇ ਵੱਲੋਂ ਜੀ ਪੂਰੀ ਖੁੱਲ੍ਹ ਦਿਲੀ ਦੇ ਨਾਲ ਓਪਨ ਮਾਈਂਡਲੀ ਅਸੀਂ ਇਹ ਚਾਹੁੰਦੇ ਹਾਂ ਕਿ ਸਾਨੂੰ ਉੱਧਰੋਂ ਕੋਈ ਔਰਗਨਾਈਜੇਸ਼ਨ ਹੋਣ ਜਾਂ ਪਰਸਨਲ ਤੌਰ 'ਤੇ ਵਿਅਕਤੀ ਇੰਡੀਵਿਜੁਅਲੀ ਵੀ ਸਾਡੇ ਨਾਲ ਕੰਟੈਕਟ ਜ਼ਰੂਰ ਕਰਨ, ਤਾਂ ਕਿ ਜਿਹੜੀ 30 ਅਕਤੂਬਰ ਨੂੰ ਅਸੀਂ ਇੱਕ ਪਬਲਿਕ ਮੀਟਿੰਗ ਰੱਖੀ ਹੈ ਉਹਦੇ ਵਿੱਚ ਉਹ ਸਮਾਂ 'ਤੇ ਆ ਕੇ ਆਪਣੇ ਵੱਲੋਂ ਬੁਲਾਰੇ ਵੀ ਉਹਨਾਂ ਦੇ ਬੋਲਣ, ਕੋਈ ਗੱਲ ਰੱਖਣ ਜਿਹੜੀ ਅਸੀਂ ਸਾਂਝੀ ਬਾਲਤਾ ਦੀ ਗੱਲ ਕਰਦੇ ਹਾਂ। ਇਹ ਸਾਡੀ ਦਿਲੋਂ ਤਮੰਨਾ ਜੀ, ਉਹਦੇ ਕਰਕੇ ਅੱਜ ਅਸੀਂ ਤੁਹਾਡੇ ਨਾਲ ਬੈਠੇ ਹਾਂ, ਤੁਸੀਂ ਸਮਾਂ 'ਤੇ ਇਸ ਗੱਲ ਦੀ ਬਹੁਤ ਵੱਡੀ ਹੈਲਪ ਕਰ ਰਹੇ ਹੋ ਕਿ ਤੁਸੀਂ ਤਾਂ ਨਾਲ ਹੈ ਜੀ, ਪਰ ਅਸੀਂ ਥੋੜ੍ਹਾ ਜਿਹਾ ਹੋਰ ਹੰਗਾਰਾ ਚਾਹੁੰਦੇ ਹਾਂ ਕਿ ਮੀਡੀਆ ਤੋਂ ਬਾਹਰ ਵੀ ਕੁਝ ਲੋਕ ਜ਼ਰੂਰ ਆਉਣ ਸਾਡੇ ਨਾਲ, ਤਾਂ ਕਿ ਇਸ ਗੱਲ ਨੂੰ ਅੱਗੇ ਤੱਕ ਵਧਾਇਆ ਜਾ ਸਕੇ। ਅਤੇ 30 ਅਕਤੂਬਰ ਨੂੰ ਮੀਟਿੰਗ ਕਿਸ ਜਗ੍ਹਾ 'ਤੇ ਕਿਸ ਟਾਈਮ 'ਤੇ ਕਰਨੀ ਜੀ? ਇਹ ਸ਼ਿੰਗਾਰ ਬੈਂਕਟ ਹਾਲ ਹੈ ਜੀ, ਮੈਲਨੀ ਅਤੇ ਆਰ ਸਟੀਲਸ ਐਵੀਨਿਊ ਬਰੈਂਪਟਨ ਦੇ ਵਿੱਚ, ਇਹ ਟੋਰਬਰਮ ਅਤੇ ਬਰੈਂਬਲੀ ਦੇ ਮਿਡਲ ਜੇ 'ਚ ਆ ਜਾਂਦਾ ਜੀ, ਅਤੇ ਉੱਥੇ ਹੋ ਰਹੀ ਹੈ ਜੀ ਇਹ 12 ਤੋਂ 3 ਵਜੇ ਤੱਕ ਹੈ ਜੀ, 12 ਤੋਂ 3 PM। ਬੜਾ ਚੰਗਾ ਟਾਈਮ ਹੈ, ਲੋਕ ਆਪਣੀ ਉਸ ਤੋਂ ਬਾਅਦ ਐਕਟੀਵਿਟੀਜ਼ ਕਰ ਸਕਦੇ ਨੇ। ਬਿਲਕੁਲ ਹੈ, ਅਸੀਂ ਸ਼ਾਮ ਨੂੰ ਕਿਉਂਕਿ ਸੰਡੇ ਆ ਉੱਦਣ ਕਿਤੇ ਜਾਣਾ ਹੁੰਦਾ ਜਾਂ ਸੁਬਾਹ ਜਾਣਾ ਹੁੰਦਾ, ਸੋ ਅਸੀਂ 12 ਤੋਂ 3 ਰੱਖਿਆ ਜੀ। ਉਹਦਾ ਐਗਜੈਕਟ ਐਡਰੈਸ ਜਿਹੜਾ ਹੈਗਾ 2084 ਸਟੀਲਜ਼ ਐਵੀਨਿਊ ਈਸਟ। ਠੀਕ ਹੈ, ਬਿਲਕੁਲ। ਅਸੀਂ 084 ਅਸੀਂ ਇਹ ਐਡਰੈਸ ਅਤੇ ਤੁਹਾਡਾ ਟੈਲੀਫੋਨ ਨੰਬਰ ਵੀ ਸਕਰੀਨ 'ਤੇ ਚਲਾਉਂਦੇ ਹਾਂ ਤਾਂ ਕਿ ਲੋਕ ਤੁਹਾਡੇ ਨਾਲ ਰਾਬਤਾ ਕਰਨ। ਸ਼ਿੰਗਾਰ ਬੈਂਕਟ ਹਾਲ ਜੀ ਆਮ ਦੇਖ ਕੇ ਨਾ ਤੁਹਾਨੂੰ ਪਤਾ ਲੱਗ ਜਾਂਦਾ ਜਦੋਂ ਟੌਰ ਬਰਮ ਰਾਬਤਾ ਕਰਨ ਮਿਡਲ 'ਚ। ਹਾਂ ਜੀ, ਬਹੁਤ ਸੋਹਣੀ ਗੱਲ ਹੈ, ਔਰ ਅਸੀਂ ਆਪਣੇ ਮੀਡੀਆ ਦੇ ਰਾਹੀਂ ਵੀ ਔਰ ਪਰਸਨਲੀ ਵੀ ਬੇਨਤੀ ਕਰਦੇ ਹਾਂ ਖਾਸ ਤੌਰ 'ਤੇ ਪਾਕਿਸਤਾਨੀ ਦੋਸਤਾਂ ਨੂੰ, ਸੱਜਣਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ ਕਿ ਤੁਹਾਡੇ ਨਾਲ ਰਾਬਤਾ ਕਰਨ। ਰਾਬਤਾ ਨਾ ਵੀ ਹੋਵੇ ਤਾਂ ਇੱਕ ਓਪਨ ਮੀਟਿੰਗ ਹੈ, ਦੇ ਸ਼ੁੱਡ ਕਮ ਐਂਡ ਜੁਆਇਨ ਆਪਣਾ 30 ਅਕਤੂਬਰ ਨੂੰ 12 ਤੋਂ 3 ਵਜੇ ਸ਼ਿੰਗਾਰ ਬੈਂਕਟ ਹਾਲ, ਜਿਹੜਾ 2084 ਸਟੀਲ ਸਟੀਲਜ਼ ਐਵੀਨਿਊ ਈਸਟ ਈਸਟ ਦੇ ਉੱਤੇ ਹੈਗਾ, ਜਿਹੜਾ ਬਿਲਕੁਲ ਟੋਰਬਰਮ ਔਰ ਸਟੀਲ ਦੇ ਵੈਸਟ 'ਚ ਹੈਗਾ, ਵੈਸਟ ਦੇ ਵਿੱਚ। ਠੀਕ ਹੈ, ਬਿਲਕੁਲ ਕੋਲ ਹੈਗਾ, ਬੜੀ ਮਸ਼ਹੂਰ ਜਗ੍ਹਾ ਹੈ, ਨਾਰਥ ਵੈਸਟ ਕੁਆਲਿਟੀ ਰੈਸਟੋਰੈਂਟ ਦੇ ਬਿਲਕੁਲ ਪਿੱਛੇ, ਬੜੀ ਮਸ਼ਹੂਰ ਜਗ੍ਹਾ ਹੈਗੀ, ਉੱਥੇ ਸਭ ਦੋਸਤ ਹੈ ਬਾਬਾ ਅਮਨ, ਔਰ ਇਸ ਦੇ ਵਿੱਚ ਕਰਨ। ਅੱਛਾ, ਇਹ ਇਨੀਸ਼ੀਏਟਿਵ ਤਾਂ ਬਹੁਤ ਵਧੀਆ, ਤੁਸੀਂ ਬੜੀ ਅੱਛੀ ਗੱਲ ਕੀਤੀ ਔਰ ਸੋਹਣੀ ਗੱਲ ਕੀਤੀ ਔਰ ਖਰੀ ਗੱਲ ਕੀਤੀ ਕਿ ਤੁਸੀਂ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਤੁਹਾਨੂੰ ਆਰਗਨਾਈਜੇਸ਼ਨ ਦਾ ਪਤਾ ਨਹੀਂ ਚੱਲ ਰਿਹਾ, ਦੂਜਾ ਅਜੇ ਤੱਕ ਕੋਈ ਰਿਲੈਕਟੈਂਸੀ ਵੀ ਪਾਈ ਜਾਂਦੀ ਹੈ, ਮੈਨੂੰ ਫੀਲ ਹੁੰਦਾ ਹੈ ਜੀ, ਬਿਲਕੁਲ ਇਹ ਮੈਨੂੰ ਫੀਲ ਹੁੰਦਾ ਹੈਗਾ ਕਿ ਰਿਲੈਕਟੈਂਸੀ ਵੀ ਪਾਈ ਜਾਂਦੀ ਹੈ, ਔਰ ਹਾਲਾਂਕਿ ਪਾਕਿਸਤਾਨ ਇੱਕ ਛੋਟਾ ਕੰਟਰੀ ਹੈ, ਉਹਨੂੰ ਪੀਸ ਦੀ ਜ਼ਿਆਦਾ ਲੋੜ ਹੈ, ਚੂੰਕਿ ਉਹਦੇ ਇਸ਼ੂਜ਼ ਬਹੁਤ ਜ਼ਿਆਦਾ ਨੇ, ਉਹ ਵਿਚਾਰਾ ਖੁਦ ਹੀ ਬਹੁਤ ਸਾਰੇ ਮਸਲਿਆਂ 'ਚ ਅਜੇ ਫਸਿਆ ਪਿਆ, ਤਾਲਿਬਾਨ ਅਤੇ ਯੇ ਅਤੇ ਉਹ, ਉਹਨਾਂ ਸਾਰੇ ਇਸ਼ੂਜ਼ ਦੇ ਵਿੱਚ, ਲੇਕਿਨ ਚਾਹੀਦਾ ਹੈਗਾ ਕਿ ਪਾਕਿਸਤਾਨੀ ਭੈਣ ਭਰਾ ਵੀ ਤੁਹਾਡੇ ਨਾਲ ਆ ਕੇ ਮਿਲਣ। ਲੱਗਦਾ ਤਾਂ ਇੰਝ ਨਹੀਂ ਹੈਗਾ, ਰੱਬ ਨੇ ਚਾਹਿਆ ਕਿ ਉੱਥੇ ਕੋਈ ਐਸੀ ਜੰਗ ਹੋ ਜਾਣੀ, ਪਰ ਉਹ ਮਾਹੌਲ ਮੈਂ ਵਾਰ ਵਾਰ ਜਿਹਦੇ 'ਤੇ ਗੱਲ ਕਰ ਰਿਹਾ, ਉਹਦੀ ਵਜ੍ਹਾ ਨਾਲ ਕੰਮ ਖੈਰਾ ਸਭ ਬਹੁਤ ਖਰਾਬ ਹੋ ਰਿਹਾ। ਉਹ ਜਿਹੜਾ ਦਹਿਸ਼ਤ ਦਾ ਮਾਹੌਲ ਜਿਹੜਾ 24 ਘੰਟੇ ਤੁਹਾਡੇ ਦਿਮਾਗ 'ਤੇ ਰਹਿਣਾ, ਹਾਂਜੀ, ਔਰ ਉਸ ਬਹਾਨੇ ਦੇ ਨਾਲ ਕਿੰਨਾ ਜਿਹੜਾ ਪੈਸਾ ਹੈ ਜੋ ਖਰਚ ਕੀਤਾ ਜਾ ਰਿਹਾ ਹਥਿਆਰਾਂ ਦੇ ਉੱਪਰ, ਹਾਂਜੀ, ਉਹ ਜਿਹੜਾ ਉਹ ਸਾਡੀ ਡਿਵੈਲਪਮੈਂਟ ਲਈ ਲੱਗ ਸਕਦਾ ਦੋਨਾਂ ਮੁਲਕਾਂ ਦੇ ਲਈ, ਹਾਂਜੀ, ਉਹ ਜਿਹੜਾ ਮਾਹੌਲ ਅਸੀਂ ਨਹੀਂ ਚਾਹੁੰਦੇ ਦੋਨਾਂ ਪਾਸਿਆਂ ਦੇ ਉੱਤੇ, ਔਰ ਅਸੀਂ ਇਹਦੇ ਵਿੱਚ ਅਸੀਂ ਕਿਸੇ ਵੀ ਮੁਲਕ ਨੂੰ ਜਿਹੜਾ ਉਹਨੂੰ ਬਲੇਮ ਨਹੀਂ ਕਰਨ ਦੀ ਕੋਸ਼ਿਸ਼ ਕਰ ਰਹੇ, ਉਹਦੇ ਵਿੱਚ ਅਸੀਂ ਇਹ ਕਹਿ ਰਹੇ ਹਾਂ ਕਿ ਉਹਨਾਂ ਦੇ ਮਸਲੇ ਆਪੋ ਆਪਣੇ ਜਿਹੜੇ ਬੜੀ ਜਿਹੜੇ ਆ ਡਿਪਲੋਮੈਟਿਕਲੀ ਜਿਹੜੇ ਨਜਿੱਠੇ ਜਾ ਸਕਦੇ ਨੇ, ਹੱਲ ਕੀਤੇ ਜਾ ਸਕਦੇ ਨੇ, ਲੇਕਿਨ ਜਿਹੜਾ ਜਨਤਾ ਦੇ ਵਿੱਚ ਜਿਹੜਾ ਉਹਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਹਮੇਸ਼ਾ ਉਹ ਕਰਕੇ, ਹਾਂਜੀ, ਔਰ ਇਹ ਵੀ ਨਹੀਂ ਪਤਾ ਲੱਗਦਾ ਕਈ ਵਾਰੀ ਕਿ ਉਹ ਘਟਨਾ ਵਾਪਰੀ ਹੈ ਜਾਂ ਨਹੀਂ ਵਾਪਰੀ, ਹਾਂਜੀ, ਉਹ ਇਸ਼ੂ ਬਣਾ ਦਿੱਤਾ ਜਾਂਦਾ, ਇਸ਼ੂ ਬਣਾ ਕੇ ਫਿਰ ਲੋਕਾਂ ਨੂੰ ਜਿਹੜਾ ਉਹ ਲੱਗਾ ਜੀ ਹੁਣ ਅਟੈਕ ਹੋਣ ਲੱਗਾ, ਹਥਿਆਰ ਆਉਣ ਲੱਗੇ, ਹਾਂਜੀ, ਉਹ ਜਿਹੜੀ ਚੀਜ਼ ਹੈ ਉਹ ਮੇਰਾ ਖਿਆਲ ਹੈ ਕਿ ਜਿਹੜਾ ਲੋਕਾਂ ਨੂੰ ਜਿਹੜਾ ਨਾ ਉਹ ਦਹਿਸ਼ਤ ਪਾਈ ਜਾ ਰਹੀ ਹੈ, ਅਸੀਂ ਉਸ ਦੇ ਖਿਲਾਫ਼ ਹਾਂ, ਦੋਨੋਂ ਹੀ ਪਾਸਿਆਂ ਦੇ ਉੱਤੇ ਜਿਹੜੇ ਸਫ਼ਰ ਕਰਦੇ ਨੇ ਲੋਕ, ਔਰ ਅਸੀਂ ਚਾਹੁੰਦੇ ਹਾਂ ਕਿ ਦੋਨਾਂ ਹੀ ਦੇਸ਼ਾਂ ਦੇ ਲੋਕ ਜਿਹੜੇ ਇਕੱਠੇ ਹੋ ਕੇ ਅਸੀਂ ਇਹ ਆਵਾਜ਼ ਉਠਾਈਏ ਔਰ ਆਪਾਂ ਆਪਣੇ ਮੁਲਕ ਤੱਕ ਇਹ ਆਵਾਜ਼ ਪਹੁੰਚਾਈਏ ਕਿ ਅਸੀਂ ਜਿਹੜਾ ਸਾਨੂੰ ਇਹ ਮਾਹੌਲ ਨਹੀਂ ਚਾਹੀਦਾ, ਸਾਨੂੰ ਡਿਵੈਲਪਮੈਂਟ ਦੇ ਜਿਹੜੇ ਆਪਣੇ ਆਪਣੇ ਬਿਹਤਰੀ ਦਾ ਜਿਹੜੇ ਵਸੀਲੇ ਚਾਹੀਦੇ ਨੇ, ਸਾਨੂੰ ਮੌਤ ਦਾ ਸਮਾਨ ਨਹੀਂ ਚਾਹੀਦਾ ਜੀ। ਡਾਕਟਰ ਸਾਹਿਬ, ਵੈਸੇ ਕੀ ਜਿਹੜਾ ਹੁਣ ਤੱਕ ਤੁਸੀਂ ਕੰਮ ਕੀਤਾ, ਤੁਹਾਨੂੰ ਰਿਸਪੋਂਸ ਕੀ ਆ ਰਿਹਾ ਹੈ?
ਦੇਖੋ ਜੀ, ਹਜੇ ਫਿਲਹਾਲ ਅਸੀਂ ਇੱਧਰਲੀ ਕਮਿਊਨਿਟੀ 'ਚ ਕੰਮ ਕਰ ਰਹੇ ਹਾਂ, ਅਖਬਾਰਾਂ 'ਚ ਹੋਰ ਚਾਚਾ ਗੱਲਬਾਤ ਕਰ ਰਹੇ ਹਾਂ, ਉਹ ਤਾਂ ਰਿਸਪੋਂਸ ਬਹੁਤ ਵਧੀਆ ਜੀ। ਉਹ ਇੱਕ ਨਵੀਂ ਚੀਜ਼ ਹੋਈ ਹੈ ਜੀ, ਪਹਿਲੀ ਵਾਰੀ ਕੋਈ 10 ਔਰਗਨਾਈਜੇਸ਼ਨਾਂ ਇਕੱਠੀਆਂ ਹੋ ਕੇ ਇੱਕ ਅਮਨ ਸ਼ਾਂਤੀ ਲਈ ਗੱਲ ਕਰਨ, ਕਿਉਂਕਿ ਜੀ ਇਹ ਤਾਂ ਬਿਲਕੁਲ ਸੁਭਾਅ ਦੇ ਤੌਰ 'ਤੇ ਕਹਿ ਲਓ ਪੰਜਾਬੀਆਂ 'ਚ ਬਹੁਤ ਚੰਗੇ ਕੰਮ ਕਰਨ ਲਈ ਵੀ ਬੜੇ ਅੱਗੇ ਆ ਜੀ। ਉਹ ਇੱਕ ਦੂਸਰੇ ਲਈ ਜਿਹੜੀ ਹੁੰਦਾ ਕਿ ਇੱਕ ਔਰਗਨਾਈਜੇਸ਼ਨ ਦੂਸਰੀ ਔਰਗਨਾਈਜੇਸ਼ਨ ਦਾ, ਇੱਕ ਰਾਜਨੀਤਿਕ ਪਾਰਟੀ ਦੂਜੀ ਰਾਜਨੀਤਿਕ ਪਾਰਟੀ, ਥੋੜ੍ਹੀ ਬਹੁਤੀ ਉਹ ਵੀ ਚੱਲਦੀ ਰਹਿੰਦੀ ਆ। ਪਰ ਇਹ ਜਾਣੀ ਜੀ ਪਹਿਲੀ ਵਾਰ ਇੱਕ ਬਹੁਤ ਵਧੀਆ ਇੱਧਰਲੀ ਸਾਈਡ ਤੋਂ ਇਹ ਜਿਹੜੀ ਗੱਲਬਾਤ ਦੀ ਸ਼ੁਰੂਆਤ ਆ, ਉਹ ਵੀ 10 ਔਰਗਨਾਈਜੇਸ਼ਨਾਂ ਵੱਲੋਂ। ਉਂਝ ਤਾਂ ਤੁਹਾਨੂੰ ਪਤਾ, ਚਾਹੇ ਤੁਹਾਡੇ ਵਾਲੀ ਸਾਈਡ ਹੋਵੇ, ਸਾਡੇ ਵਾਲੀ ਸਾਹਿਤਕ ਔਰਗਨਾਈਜੇਸ਼ਨਾਂ ਦਾ ਸਾਹਿਤਕ ਤੌਰ 'ਤੇ ਇੱਕ ਬਣ ਗਿਆ, ਦੋ ਬਣ ਗਏ, ਚਾਹੇ ਤਿੰਨ ਬਣ ਗਏ, ਇਹ ਵੱਖਰਾ ਵੱਖਰਾ ਚੱਲਦਾ ਰਹਿੰਦਾ ਜੀ। ਪਰ ਇੱਕ ਬਹੁਤ ਚੰਗਾ ਅਸੀਂ ਸ਼ੁਭ ਸ਼ਗਨ ਸਮਝਦੇ ਹਾਂ ਜੀ, ਵਧੀਆ ਗੱਲ ਹੋਈ ਆ। ਇਹੀ ਆਸ ਅਸੀਂ ਵੱਡਾ ਹੰਗਾਰਾ ਇਸ ਪਾਕਿਸਤਾਨੀ ਕਮਿਊਨਿਟੀ ਤੋਂ ਵੀ ਆਸ ਕਰਦੇ ਹਾਂ ਜੀ, ਕਿ ਜੇ ਇੱਧਰੋਂ ਮਿਲੇ ਤਾਂ ਇਹ ਦੋਨਾਂ ਪਾਸੋਂ ਹੀ ਹੋ ਸਕਦਾ ਜੀ। ਕਿਉਂਕਿ ਅਸੀਂ ਕੁਝ ਆਪਣੀਆਂ ਗੱਲਾਂ ਡਿਸਕਸ ਕਰਾਂਗੇ, ਦੋਨੇ ਪਾਸੇ ਏਜੰਸੀ 'ਚ ਬਹੁਤ ਕੁਝ ਕਰ ਰਹੀਆਂ ਜੀ। ਮੈਂ ਤਾਂ ਸਪਸ਼ਟ ਤੌਰ 'ਤੇ ਇਹ ਕਹਿ ਰਿਹਾ ਕਿ ਲੋਕਾਂ ਤਾਂ ਪਤਾ ਹੀ ਨਹੀਂ ਲੱਗਦਾ, ਕਈ ਵਾਰੀ ਸਾਨੂੰ ਗੱਲ ਦਾ ਹੀ ਨਹੀਂ ਪਤਾ ਲੱਗਦਾ ਕਿ ਹੋਇਆ ਕੀ ਹੈ। ਕੋਈ ਕਹਿ ਰਿਹਾ ਜੀ ਅਸੀਂ ਆਹ ਅਟੈਕ ਕਰਿਆ, ਸਰਜੀਕਲ ਆਹ ਅਟੈਕ ਕਰਿਆ, ਦੂਸਰੇ ਪਾਸੇ ਕਹਿ ਰਿਹਾ ਜੀ ਹੋਇਆ ਕੁਛ ਨਹੀਂ। ਆਮ ਲੋਕ ਤਾਂ ਪਿੱਛੇ ਹੀ ਉਲਝ ਜਾਂਦੇ ਆ, ਉਹ ਫਿਰ ਸਪੋਰਟ ਦੇ ਤੌਰ 'ਤੇ ਲੱਗੇ ਰਹਿੰਦੇ, ਅਸੀਂ ਸਾਡੀ ਆਰਮੀ ਨੂੰ ਸਪੋਰਟ ਕਰਦੇ ਹਾਂ, ਦੂਜੀ ਸਾਈਡ ਵਾਲੇ ਅਸੀਂ ਸਾਡੀ ਆਰਮੀ ਨੂੰ ਸਪੋਰਟ ਕਰਦੇ ਹਾਂ। ਪਰ ਅਸੀਂ ਲੋਕ ਪਿੱਛੇ ਹੀ ਉਲਝ ਜਾਂਦੇ ਹਾਂ ਉਹਨਾਂ ਗੱਲਾਂ ਦੇ, ਜਿਹੜੀਆਂ ਗੱਲਾਂ 'ਚ ਸਾਨੂੰ ਨਹੀਂ ਉਲਝਣਾ ਚਾਹੀਦਾ, ਉਹ ਸਾਡਾ ਮੇਨ ਮਕਸਦ ਆ ਜੀ। ਇੱਕ ਮੈਂ ਜ਼ਰੂਰ ਐਡ ਕਰਨਾ ਚਾਹਾਂਗਾ ਕਿ ਬੇਸ਼ੱਕ ਸਾਡਾ ਹਾਲੇ ਅਸੀਂ ਜਿਹੜਾ ਅਸੀਂ ਵੱਡੇ ਲੈਵਲ 'ਤੇ ਸਾਡਾ ਨਹੀਂ ਰਾਬਤਾ ਹੋ ਸਕਿਆ, ਲੇਕਿਨ ਜਿੰਨਾ ਵੀ ਦੋਸਤਾਂ ਨਾਲ ਗੱਲਬਾਤ ਹੋਈ ਹੈ ਪਾਕਿਸਤਾਨੀ ਸਾਈਡ ਦੇ ਉੱਤੇ ਵੀ ਬੜਾ ਅੱਛਾ ਹੰਗਾਰਾ ਮਿਲਦਾ, ਕਿਉਂਕਿ ਦੋਨੇ ਪਾਸੇ ਮੁਸ਼ਕਲ ਦੇਖੋ ਹੀ ਹੈ ਨਾ ਸਾਡੇ। ਹਾਂਜੀ, ਉਹ ਹੰਗਾਰਾ ਮਿਲ ਰਿਹਾ, ਅੱਛਾ ਮਿਲ ਰਿਹਾ ਜਿੰਨਾ ਕੁ ਤੱਕ ਹੋਈ ਆ, ਲੇਕਿਨ ਅਸੀਂ ਚਾਹੁੰਦੇ ਹਾਂ ਕਿ ਵੱਡੇ ਲੈਵਲ 'ਤੇ ਜਾ ਕੇ ਜਿਹੜਾ ਅਸੀਂ ਅਪਰੋਚ ਕਰ ਸਕੀਏ ਕਿਸ ਤਰ੍ਹਾਂ, ਜਿਹੜਾ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ, ਜਿਹੜੀ ਔਰਗਨਾਈਜੇਸ਼ਨ ਨੇ, ਉਹਨਾਂ ਨਾਲ ਜੇ ਸਾਡਾ ਕਿਸੇ ਤਰ੍ਹਾਂ ਕੰਟੈਕਟ ਹੋ ਸਕੇ ਤਾਂ ਅਸੀਂ ਚਾਹੁੰਦੇ ਹਾਂ ਕਿ ਉਹ ਵੀ ਪਾਰਟੀਸਪੇਟ ਕਰਨ ਉਸ ਦਿਨ ਆ ਕੇ, ਤਾਂ ਕਿ ਅਸੀਂ ਵੱਡੇ ਲੈਵਲ 'ਤੇ ਇਹ ਗੱਲ ਕਰ ਸਕੀਏ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਦੇਗਾ ਜੀ ਮੈਂ ਤੁਹਾਡਾ, ਤੁਸੀਂ ਬੜੀ ਅਹਿਮ ਗੱਲਾਂ ਕੀਤੀਆਂ। ਔਰ ਅਗਰ ਤੁਸੀਂ ਇਹਦੇ ਵਿੱਚ ਕੋਈ ਹੋਰ ਗੱਲ ਦਾ ਇਜ਼ਾਫਾ ਕਰਨਾ ਚਾਹੋ ਇਸ ਮੈਸੇਜ ਦੇ ਵਿੱਚ, ਤਾਂ ਉਹਨੂੰ ਵੀ ਅਸੀਂ ਸ਼ਾਮਲ ਇਹ ਪ੍ਰੋਗਰਾਮ ਕਰਦੇ ਹਾਂ। ਇਹੀ ਹੈ ਜੀ, ਜੇ ਸਾਨੂੰ ਥੋੜ੍ਹਾ ਜਿਹਾ ਜਲਦੀ 'ਚ ਪਤਾ ਲੱਗ ਜਾਂਦਾ, ਅਸੀਂ ਉਹ ਬੁਲਾਰਿਆਂ ਨੂੰ ਅਸੀਂ ਸਮਾਂ ਵੀ ਦੇਣਾ ਚਾਹੁੰਦੇ ਹਾਂ ਕਿ ਉਹ ਆਪਣੀ ਕੋਈ ਗੱਲ ਕਹਿਣੀ ਚਾਹੁੰਦੇ ਆ, ਤਾਂ ਕਿ ਉਹ ਸਾਨੂੰ ਮਿਲਣ, ਤਾਂ ਕਿ ਸਾਨੂੰ ਪਤਾ ਲੱਗ ਜਾਵੇ ਉਹ ਕਿਹੜੇ ਵਿਸ਼ੇ 'ਤੇ ਗੱਲ ਕਰਨੀ ਚਾਹੁੰਦੇ ਨੇ, ਉਹ ਡਿਸਕਸ ਹੋ ਜਾਵੇ ਜੇ ਕਿ ਜਿੰਨੀ ਜਲਦੀ ਰਾਬਤਾ ਹੋ ਸਕਦਾ ਜੀ। ਇਹ ਸਾਡਾ ਮੇਨ ਮਕਸਦ ਇਹ ਹੈ ਜੀ, ਅਸੀਂ ਕਾਮਯਾਬ ਤਦੇ ਹੀ ਹੋ ਸਕਦੇ ਹਾਂ ਜੇ ਸਾਡੇ ਦੋਨੇ ਪਾਸਿਆਂ 'ਤੇ ਜਿਹੜੇ ਸਹਿਰਦ ਲੋਕ ਨੇ ਔਰ ਮਜੋਰਟੀ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਜੁੜਨ, ਨਹੀਂ ਤਾਂ ਫਿਰ ਉੱਧਰਲੀਆਂ ਸਰਕਾਰਾਂ 'ਤੇ ਜੀ ਤੁਹਾਨੂੰ ਪਤਾ ਹੀ ਆ, ਉਹਨਾਂ 'ਤੇ ਅਸਰ ਪਾਉਣਾ ਤਾਂ ਬੜਾ ਮੁਸ਼ਕਲ ਆ। ਸਾਡੀ ਤਾਂ ਇੱਕ ਛੋਟੀ ਜਿਹੀ ਕੋਸ਼ਿਸ਼ ਹੁੰਦੀ ਹੈ ਜੀ, ਬਹੁਤ ਪਰ ਅਸਰ ਤਾਂ ਪਬਲਿਕ ਏ ਪਾ ਸਕਦੀ ਹੈ। ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਸਾਨੂੰ 70 ਸਾਲ ਹੋ ਚੱਲੇ ਨੇ ਦੇਸ਼ ਆਜ਼ਾਦ ਹੋਇਆ ਨੂੰ। ਹਾਂਜੀ, ਅਸੀਂ ਅੱਜ ਤੱਕ ਜਿਹੜੇ ਜੰਗ ਦੇ ਨਾਅਰੇ ਲਾ ਕੇ ਬਹੁਤ ਦੇਖ ਲੈਂਦੇ, ਅਸੀਂ ਸ਼ਹਾਦਤ ਦੇ ਨਾਅਰੇ ਬਹੁਤ ਲਾ ਕੇ ਦੇਖ ਲੈਂਦੇ, ਅਸੀਂ ਇੱਕ ਦੂਸਰੇ ਨੂੰ ਆਪਣੇ ਡੋਲੇ ਬਹੁਤ ਵਿਖਾ ਕੇ ਦੇਖ ਲੈਂਦੇ, ਆਓ ਹੁਣ ਅਮਨ ਦੀ ਗੱਲ ਕਰਕੇ ਵੀ ਦੇਖੀਏ, ਅਸੀਂ ਇਹ ਆਪਣੇ ਆਪ ਨੂੰ ਦੋਸਤੀ ਦਾ ਹੱਥ ਵਧਾਉਣ ਦੀ ਗੱਲ ਕਰਕੇ ਵੀ ਦੇਖੀਏ, ਤਾਂ ਕਿ ਸ਼ਾਇਦ ਅਸੀਂ ਜਿਹੜੀ ਆਜ਼ਾਦੀ ਅਸੀਂ ਅੱਜ ਤੱਕ ਵੇਖ ਨਹੀਂ ਸਕੇ, ਹਾਂਜੀ, ਜਿਹੜੀ ਸਿਰਫ ਕਾਗਜ਼ਾਂ ਵਿੱਚ ਆਈ ਹੈ, ਸ਼ਾਇਦ ਅਸੀਂ ਉਸ ਨੂੰ ਮੰਨਣ ਦਾ ਵੀ ਸਾਨੂੰ ਦੋਨੇ ਪਾਸੇ ਮੌਕਾ ਮਿਲ ਸਕੇ। ਉਹ ਆਜ਼ਾਦੀ ਨਾ ਹਿੰਦੁਸਤਾਨ ਵਿੱਚ ਦੇਖਣ ਨੂੰ ਮਿਲ ਰਹੀ ਹੈ, ਉਹ ਨਾ ਪਾਕਿਸਤਾਨ ਵਿੱਚ ਵੇਖਣ ਨੂੰ ਮਿਲ ਰਹੀ ਹੈ, ਅਸੀਂ ਹਾਲੇ ਵੀ ਉਸੇ ਗੁਲਾਮੀ ਦੇ ਵਿੱਚ ਹਾਂ। ਇਹ ਗੱਲ ਵੱਖਰੀ ਹੈ ਕਿ ਜਿਹੜੇ ਚਿਹਰੇ ਬਦਲ ਗਏ ਨੇ, ਚਿਹਰੇ ਗੋਰੇ ਥਾਂ ਦੂਸਰੇ ਆ ਗਏ ਨੇ, ਲੇਕਿਨ ਅਸੀਂ ਉਹੀ ਗੁਲਾਮੀ ਭੋਗ ਰਹੇ ਹਾਂ ਅਜੇ ਵੀ। ਆਓ ਕੋਸ਼ਿਸ਼ ਕਰੀਏ ਕਿ ਅਸੀਂ ਆਪੋ ਆਪਣੇ ਮੁਲਕਾਂ ਦੇ ਵਿੱਚ ਇਹੋ ਜਿਹੀ ਗੱਲ ਕਰੀਏ ਕਿ ਅਸੀਂ ਆਜ਼ਾਦੀ ਵੀ ਮਾਣ ਸਕੀਏ ਔਰ ਅਸੀਂ ਇੱਕ ਦੂਸਰੇ ਨਾਲ ਦੋਸਤੀ ਦਾ ਹੱਥ ਵੀ ਜਿਹੜਾ ਵਧਾ ਸਕੀਏ, ਤਾਂ ਕਿ ਜਿਹੜੇ ਸਾਡੇ ਬਜ਼ੁਰਗ ਹਾਲੇ ਜੀਂਦੇ ਨੇ, ਜਿਹੜੇ ਪਾਰਟੀਸਪੇਸ਼ਨ ਦੇ ਆਪਣੇ ਪਾਰਟੀਸ਼ਨ ਤੋਂ ਪਹਿਲਾਂ ਦੇ ਨੇ, ਉਹ ਆਪੋ ਆਪਣੇ ਜਿਹੜੀ ਆ ਜਨਮ ਭੂ ਹੈ, ਹਾਂਜੀ, ਉਸ ਨੂੰ ਦੇਖ ਸਕਣ, ਖੁੱਲ੍ਹ ਕੇ ਇੱਕ ਦੂਸਰੇ ਨੂੰ ਜਿਹੜਾ ਆ ਜਾ ਸਕਣ ਇੱਕ ਦੂਸਰੇ ਪਾਸੇ, ਸ਼ਾਇਦ ਸਾਡੀ ਕੋਸ਼ਿਸ਼ ਜਿਹੜੀ ਹੈ ਇਹ ਰੰਗ ਲਿਆ ਸਕੇ ਔਰ ਅਸੀਂ ਜਿਹੜਾ ਇੱਕ ਦੂਸਰੇ ਨੂੰ ਉਸ ਤਰ੍ਹਾਂ ਹੀ ਮਿਲ ਸਕੀਏ ਜਿਵੇਂ ਅਸੀਂ ਕੈਨੇਡਾ ਔਰ ਅਮੈਰੀਕਾ ਦੇ ਵਿੱਚ ਇੱਕ ਦੂਸਰੇ ਨੂੰ ਮਿਲਦੇ ਹਾਂ। ਇਹ ਕੋਸ਼ਿਸ਼ ਜਿਹੜੀ ਹੈ ਰਲ ਮਿਲ ਕੇ ਹੋ ਸਕਦੀ ਹੈ, ਇਹੋ ਸਾਡੀ ਅਪੀਲ ਹੈ ਸਾਰਿਆਂ ਨੂੰ। ਬਹੁਤ ਬਹੁਤ ਸ਼ੁਕਰੀਆ ਜੀ, ਮੈਂ ਇੱਕ ਵਾਰੀ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ ਵੀ ਔਰ ਦਰਸ਼ਕੋ ਔਰ ਨਾਜ਼ਰੀਨ, ਜਿਹੜੀ ਤੁਸੀਂ ਗੱਲਬਾਤ ਸੁਣੀ, ਕੁਲਵਿੰਦਰ ਖਹਿਰਾ ਜੀ ਔਰ ਨਾਹਰ ਔਜਲਾ ਸਾਹਿਬ ਨੇ ਬੜੀਆਂ ਕੰਮ ਦੀਆਂ ਗੱਲਾਂ ਕੀਤੀਆਂ, ਔਰ ਜਿਹੜੀ ਗੱਲ ਕੀਤੀ ਹੈ ਹੁਣੇ ਹੁਣੇ ਕੁਲਵਿੰਦਰ ਭਾਈ ਨੇ ਕਿ ਅਸੀਂ ਇੱਕ ਦੂਜੇ ਨਾਲ ਲੜ ਕੇ ਬਹੁਤ ਕੁਛ ਵੇਖ ਲਿੱਤਾ, ਕੋਈ ਹਾਸਲ ਅਸੂਲ ਨਹੀਂ ਹੋਇਆ, ਨੁਕਸਾਨ ਹੀ ਨੁਕਸਾਨ ਹੋਇਆ ਹੈਗਾ, ਅਸੀਂ ਮੁਹੱਬਤ ਕਰਕੇ ਦੇਖੀਏ। ਔਰ ਸੱਚੀ ਗੱਲ ਹੈ ਜੇ ਕਿ ਜਦੋਂ ਬਾਹਰ ਦੇ ਦੇਸ਼ਾਂ 7 ਸਮੁੰਦਰ ਪਾਰ ਆ ਕੇ ਅਸੀਂ ਇੱਕ ਹੁੰਦੇ ਹਾਂ, ਉੱਥੇ ਅਸੀਂ ਇੰਡੀਆ ਔਰ ਪਾਕਿਸਤਾਨ 'ਚ ਇੱਕ ਦੂਜੇ ਦੇ ਨਾਲ ਰਹਿੰਦੇ ਹਾਂ, 10 ਗਜ਼ ਦੇ ਫਾਸਲੇ ਦੇ ਉੱਤੇ ਹੁੰਦੇ ਹਾਂ, ਇੱਥੇ ਅਸੀਂ ਆ ਕੇ 7 ਸਮੁੰਦਰ ਮਿਲਦੇ ਹਾਂ ਔਰ ਇੱਕ ਹੁੰਦੇ ਹਾਂ, ਕਿਉਂਕਿ ਅਸੀਂ ਇੱਕ ਹੈਗੇ ਹਾਂ, ਇਸ ਵਜ੍ਹਾ ਨਾਲ ਅਸੀਂ ਰਾਤੋ ਰਾਤ ਮਿਲਦੇ ਹਾਂ, ਦਿਨੇ ਮਿਲਦੇ ਹਾਂ ਔਰ ਅਸੀਂ ਇੱਕ ਫੀਲ ਕਰਦੇ ਹਾਂ।
ਔਰ ਜਿਹੜਾ ਮਾਇੰਡ ਸੈੱਟ ਹੈਗਾ ਉਹ ਠੀਕ ਹੈ। ਸਾਡੀ ਹਿਸਟਰੀ ਬੜੀ ਟਰਮੋਇਲ ਰਹੀ ਹੈ, ਉਹਦੇ 'ਚ ਬੜੇ ਇਸ਼ੂਜ਼ ਰਹੇ ਨੇ, ਭਾਵੇਂ ਕਿਸੇ ਦੇ ਕਾਰਨ ਰਹੇ ਨੇ, ਅਸੀਂ ਉਹਦੀ ਬਹਿਸ 'ਚ ਨਹੀਂ ਜਾਂਦੇ ਹੈਗੇ, ਲੇਕਿਨ ਹੁਣ ਸਾਨੂੰ ਮੂਵ ਔਨ ਆਉਣਾ ਹੈਗਾ। ਉਹ ਜਿਹੜੀ ਸੂਰਤ ਹੈ ਜਿਹਦੇ ਵਿੱਚ ਅਸੀਂ ਅਮਰੀਕਾ ਕੈਨੇਡਾ ਜਾਂਦੇ ਹਾਂ, ਪਾਸਪੋਰਟ ਦਿਖਾਉਂਦੇ ਹਾਂ, ਫਟ ਦਾਖਲ ਹੁੰਦੇ ਹਾਂ, ਇੱਧਰ ਆਉਂਦੇ ਹਾਂ, ਇਹੋ ਸਾਨੂੰ ਉੱਥੇ ਮਾਹੌਲ ਬਣਾਉਣਾ ਹੈ। ਉਹਦੇ ਵਾਸਤੇ ਵੀ ਸਾਨੂੰ ਇੱਥੋਂ ਆਵਾਜ਼ ਬਣਾਉਣੀ ਹੈ, ਔਰ ਉਹਦੇ ਨਾਲ ਨਾਲ ਅਸੀਂ ਇੱਥੇ ਬਹਿ ਕੇ ਵੀ ਸੱਚੀ ਔਰ ਖਰੀ ਮੁਹੱਬਤ ਇੱਕ ਦੂਜੇ ਵਾਸਤੇ ਪੈਦਾ ਕਰਨੀ ਹੈ, ਦਿਖਾਵੇ ਦੀ ਮੁਹੱਬਤ ਨਹੀਂ ਕਰਨੀ ਹੈਗੀ। ਇਸੇ ਸਿਲਸਿਲੇ ਵਿੱਚ 30 ਅਕਤੂਬਰ ਨੂੰ ਸ਼ਿੰਗਾਰ ਬੈਂਕਟ ਹਾਲ ਦੇ ਵਿੱਚ ਤੁਸੀਂ ਇਕੱਠੇ ਹੋਵੋ, 2084 ਸਟੀਲਜ਼ ਐਵੀਨਿਊ ਈਸਟ, ਟੋਰਬਰਮ ਔਰ ਸਟੀਲਸ ਦੇ ਕੋਲ ਹੈ, ਉੱਥੇ 12 ਤੋਂ 3 ਵਜੇ ਇਹ ਓਪਨ ਮੀਟਿੰਗ ਹੋ ਰਹੀ ਹੈ। ਔਰ ਖਾਸ ਤੌਰ 'ਤੇ ਮੇਰੇ ਉਹ ਭੈਣ ਭਰਾ ਜਿਹੜੇ ਪਾਕਿਸਤਾਨੀ ਕੈਨੇਡੀਅਨ ਨੇ ਔਰ ਜਿਹੜੇ ਇਹ ਸਾਡਾ ਪੈਗਾਮ ਸੁਣ ਰਹੇ ਨੇ, ਉਹ ਜ਼ਰੂਰ ਰਾਬਤਾ ਕਰਨ ਔਰ ਪਹੁੰਚਣ। ਰਾਬਤਾ ਨਾ ਵੀ ਕਰ ਸਕੋ ਤਾਂ 30 ਅਕਤੂਬਰ ਨੂੰ ਤੁਸੀਂ ਉੱਥੇ ਪਹੁੰਚ ਜਾਓ, 30 ਅਕਤੂਬਰ ਨੂੰ ਉੱਥੇ ਜਾ ਕੇ ਤੁਸੀਂ ਬਹੁਤ ਸਾਰੇ ਭੈਣਾਂ ਭਰਾਵਾਂ ਨੂੰ ਮਿਲੋ ਔਰ ਇਸ ਇਨੀਸ਼ੀਏਟਿਵ ਨੂੰ ਲੈ ਕੇ ਚੱਲੋ, ਜਿਹੜਾ ਇਨੀਸ਼ੀਏਟਿਵ ਇਹ ਮੇਰੇ ਦੋ ਪਿਆਰੇ ਮਿੱਤਰ ਲੈ ਕੇ ਆਏ ਨੇ। ਸਾਡਾ ਅੱਜ ਦਾ ਪ੍ਰੋਗਰਾਮ ਵੇਖਣ ਦਾ ਬਹੁਤ ਬਹੁਤ ਸ਼ੁਕਰੀਆ। ਨੰਬਰ 1 ਮਲਟੀਕਲਚਰਲ ਚੈਨਲ, ਦਿਸ ਇਜ਼ ਟੈਗ ਟੀਵੀ।